ਉਹਦੇ ਘਰ ਜਾਈ ਕੇ ਆਪਣੇ ਸੀ ਨਾਲ ਭਾਈ ਲਾਲੋ ਜੋੜਿਆ ਛਾਤੀ ਨਾਲ ਲਾਈ ਕੇ ਭੁੱਲੇ ਰਹਿਣ ਲੜ ਪ੍ਰਭੂ ਦੇ ਲਗਾਉਣ ਲਈ ਲਿਆ ਪੰਥ ਮਾਰਿਆ ਪਾਪਾ ਵਾਲੀ ਧੁੰਦ ਜਗ ਤੋਂ ਮਿਟਾਉਣ ਲਈ ਆਇਆ ਨਿਰੰਕਾਰ ਉਹ ਤਾਰ ਦਿੱਤੇ ਠੰਡੇ ਤੁਣੇ ਰਿਦਾਂ ਸਿੱਧਾਂ ਦੇ ਜਾਈ ਕੇ ਪਹਾੜਾਂ ਚ ਗੋਰਖਾ ਦੇ ਚਿਲੇ ਨਵਾਏ ਪਰੇ ਜਿੱਦਾਂ ਦੇ ਮੇਲੇ ਲਾਏ ਜਾੜਾਂ ਚ ਤਨੇ ਤੋਂ ਸਵਾਮੜੇ ਨਾ ਡੋਣ ਲਈ ਕਿਹਾ ਲਲਕਾਰ ਪਾਪਾ ਵਾਲੀ ਧੁੰਦ ਜਗ ਤੋਂ ਮਿਟਾਉਣ ਲਈ ਆਇਆ ਨਿਰੰਕਾਰ ਉਹ ਬਾਬਰ ਦੀ ਜੇਲ ਚ ਕਮਾ ਕੇ ਚੱਟੀਆਂ ਜ਼ਹਿਰ ਕੀਤਾ ਦੂਰ ਬਰਮਾ ਤੇ ਭੈਮਾ ਦੀ ਅੜਾ ਕੇ ਪੱਕੀਆਂ ਪਖੰਡ ਕੀਤਾ ਚੂਰਿਆ ਅੰਦੇ ਵੇ ਸ਼ਿਵਾ ਸ਼ਮਨਾ ਚੋਂ ਮਗਾਉਣ ਲਈ ਕੀਤਾ ਪਰਚਾਰਿਆ ਪਾਪਾ ਵਾਲੀ ਧੁੰਦ ਜਗ ਤੋਂ ਮਿਟਾਉਣ ਲਈ ਆਇਆ ਨਿਰੰਕਾਰ ਉਹ ਚਰਨਾ ਦੇ ਨਾਲ ਜਦੋਂ ਮੱਕਾ ਫੇਰਿਆ ਕਾਜੀ ਹੋਇਆ ਦੰਗ ਸੀ ਮੌਜੀ ਨੇ ਖਿਆਲਾ ਚੰਗਿਆਂ ਨੂੰ ਘੇਰਿਆ ਸਮੇਂ ਦੀ ਜੋ ਮੰਗ ਸੀ ਤੇਰੇ ਇੰਦਰਪਾਲ ਦੇ ਕੋਲ ਗਾਉਣ ਲਈ ਕਾਵ ਦੇ ਭੰਡਾਰਿਆ ਪਾਪਾ ਵਾਲੀ ਧੁੰਦ ਜਗ ਤੋਂ ਮਿਟਾਉਣ ਲਈ ਆਇਆ ਨਿਰੰਕਾਰ ਪਾਪਾ ਵਾਲੀ ਧੁੰਦ ਜਗ ਤੋਂ ਮਿਟਾਉਣ ਲਈ ਆਇਆ ਨਿਰੰਕਾਰ ਸ਼ਹਿਰ ਲਿਖਦਾ ਕਹਿੰਦਾ ਨਾ ਬੁਲਬੁਲ ਲਈ ਪਿੰਜਰਾ ਬਣਦਾ ਜੀ ਨਾ ਮਿੱਠਾ ਗਾਉਂਦੀ ਜੇ ਫੁੱਲਾਂ ਵਿੱਚ ਮਹਿਕ ਨਾ ਹੁੰਦੀ ਕਦੇ ਮਾਲ ਨਾ ਹਾਰ ਪਰ ਉਹਦੀ ਜੇ ਸੋਨੇ ਵਿੱਚ ਚਮਕ ਨਾ ਹੁੰਦੀ ਕਿਉਂ ਭੱਠੀ ਵਿੱਚ ਸੜਦਾ ਸੱਚੇ ਦੀ ਇੱਥੇ ਦੁਨੀਆ ਵੈਰੀ ਵੇਖ ਕੇ ਸੜ ਸੜਾਉਂਦੀ ਕਿਉਂ ਬਾਬੇ ਨਾਨਕ ਨੂੰ ਕਈ ਕੁਝ ਆਖਿਆ ਅਸੀਂ ਤੁਸੀਂ ਲੋਕ ਤੇ ਕੀ ਹੈ ਦੁਨੀਆ ਨੂੰ ਜੋ ਤਾਰਨ ਆਇਆ ਉਹਨੂੰ ਨਹੀਂ ਲੋਕਾਂ ਨੇ ਬਖਸ਼ਿਆ ਸੋ ਮਿਲਣ ਵੇਲੇ ਆਪਾਂ ਇੱਕ ਦੋ ਨੂੰ ਜਦ ਮਿਲਦੇ ਆ ਪੁੱਛਦੇ ਕੀ ਪੁੱਛਣਾ ਕੀ ਚਾਹੀਦਾ ਉਹ ਮਿਲਣ ਵੇਲੇ ਹਰ ਬੰਦਾ ਪੁੱਛਦਾ ਤੇਰਾ ਦੋਸਤ ਆ ਹਰ ਪਰਿਵਾਰ ਕਿੰਨਾ ਕਿੰਨੇ ਧੀਆਂ ਪੁੱਤਰ ਕਿੰਨਾ ਨਗਦ ਨਾਵਾਂ ਉਹ ਲੈਣ ਦੇਣ ਦਾ ਚੱਲੇ ਬਿਹਾਰ ਕਿੰਨਾ ਕਿੰਨਾ ਭੋਏ ਭਾਂਡਾ ਕਿੰਨਾ ਮੱਝੀ ਗਾਈ ਤੇਰਾ ਚੱਲਦਾ ਕਾਰੋਬਾਰ ਕਿੰਨਾ ਕਦੇ ਇਹ ਤਾਂ ਕਿਸੇ ਨੇ ਪੁੱਛਿਆ ਨੀ ਤੇਰਾ ਗੁਰੂ ਦੇ ਨਾਲ ਪਿਆਰ ਜਿਹੜੀ ਗੱਲ ਪੁੱਛਣ ਵਾਲੀ ਹੈ ਅਸੀਂ ਵੀ ਉਹਦੇ ਵਿੱਚ ਸ਼ਾਮਿਲ ਹੋਣਾ ਕਦੇ ਨਹੀਂ ਪੁੱਛਿਆ ਹੋਰ ਆਸੇ ਪਾਸੇ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ ਲਓ ਇਤਿਹਾਸ ਦੀ ਗੱਲ ਕਰਦੇ ਹਾਂ ਕਿ ਜੇ ਇਸ ਵੇਲੇ ਮਹਿਤਾ ਕਾਲੂ ਦੇ ਗ੍ਰਹਿ ਵਿਖੇ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਿਆ ਤੇ ਉਸ ਵੇਲੇ ਦੌਲਤਾਂ ਦਾਈ ਮਾਤਾ ਤ੍ਰਿਪਤਾ ਦੇ ਕੋਲ ਸੀ ਜਿਸ ਕਮਰੇ ਦੇ ਵਿੱਚ ਨਾਨਕ ਪਾਤਸ਼ਾਹ ਨੇ ਜਨਮ ਲਿਆ ਅਵਤਾਰ ਧਾਰਿਆ ਉਹ ਰਸ਼ਨਾਈਆਂ ਹੋ ਗਈ ਦੌਲਤਾਂ ਦਾਈ ਹੈਰਾਨ ਹੋ ਗਈ ਅਨੇਕਾਂ ਬੱਚੇ ਸੈਂਕੜੇ ਬੱਚੇ ਉਹਦੇ ਹੱਥਾਂ ਵਿੱਚ ਜਿਨ੍ਹਾਂ ਨੇ ਜਨਮ ਲਿਆ ਇਸ ਰੰਗਲੀ ਦੁਨੀਆ ਨੂੰ ਦੇਖਣ ਵਾਸਤੇ ਉਹ ਹੈਰਾਨ ਰਹਿ ਗਈ ਕਿ ਅੱਜ ਤੱਕ ਮੈਂ ਅਨੇਕਾਂ ਬੱਚਿਆਂ ਦੀ ਪਦੈਸ਼ ਕੀਤੀ ਹੈ ਭਈ ਇਹ ਤੇ ਕੋਈ ਰੱਬੀ ਅਲਾਹੀ ਜੋਤ ਆ ਇਹਦੇ ਦੁਨੀਆ ਨੂੰ ਤਾਰਨ ਵਾਲਾ ਸੋ ਇਸ ਵਾਸਤੇ ਸੋ ਸਾਡੇ ਗਿਆਨੀ ਸਾਹਿਬ ਕੀਰਤਨ ਕਰਦੇ ਜਾਂ ਸਾਡਾ ਉਹਨਾਂ ਨੇ ਦੱਸਿਆ ਸੀ ਕਿ ਦੌਲਤਾਂ ਦਾਈ ਨੇ ਉਹਨੇ ਮਹਿਤਾ ਕਾਲੂ ਨੇ ਉਸ ਵੇਲੇ ਕਿਹਾ ਸੀ ਪਹਿਲਾਂ ਕਿ ਮੇਰੇ ਘਰ ਖੁਸ਼ੀਆਂ ਆਵਣ ਤੇ ਮੈਂ ਮਾਲੋ ਮਾਲ ਕਰ ਦਿਆਂਗਾ ਤੇ ਉਸ ਵੇਲੇ ਦੌਲਤਾਂ ਦਾਈ ਨੇ ਹੱਥ ਜੋੜ ਦਿੱਤੇ ਕਿ ਬੱਚੇ ਬਹੁਤ ਪੈਦਾ ਕੀਤੇ ਆ ਇਸ ਰੰਗਲੀ ਦੁਨੀਆ ਤੇ ਆਏ ਆ ਪਰ ਇਹ ਤੇ ਅਲਾਹੀ ਜੋਤ ਹੈ ਰੱਬੀ ਜੋਤ ਹੈ ਮੈਂ ਤੇ ਗਦਾ ਗਦ ਹੋ ਗਈਆਂ ਕਿ ਮੈਨੂੰ ਕਾਸੇ ਦੀ ਲੋੜ ਨਹੀਂ ਤੇ ਜਿਸ ਵੇਲੇ ਉਸ ਵੇਲੇ ਸਮੇਂ ਦੇ ਮੁਤਾਬਕ ਅੱਜ ਵੀ ਕਈਆਂ ਬੱਚਿਆਂ ਦਾ ਟੇਵਾ ਲਾਉਂਦੇ ਆਪਾਂ
ਤੇ ਪੰਡਤ ਹਰਦਿਆਲ ਪੰਡਤ ਹਰਦਿਆਲ ਜੀ ਉਸ ਵੇਲੇ ਉਸ ਨਗਰ ਦੇ ਮੋਹਤਬਾਰ ਸਨ। ਉਹ ਪੰਡਤ ਟੇਵਾ ਲਾਉਣ ਲਈ ਉਹਦੇ ਕੋਲ ਗਿਆ ਮਹਿਤਾ ਕਾਲੂ। ਮਹਿਤਾ ਕਾਲੂ ਨੂੰ ਜਾ ਕੇ ਮਹਿਤਾ ਕਾਲੂ ਪੰਡਤ ਹਰਦਿਆਲ ਜੀ ਨੂੰ ਕਹਿ ਰਿਹਾ ਕਿ ਮੇਰੇ ਪੁੱਤਰ ਦਾ ਟੇਵਾ ਲਾਉਣਾ, ਸਹੀ ਸਹੀ ਟੇਵਾ ਬਣਾਉਣਾ। ਤੇ ਉਹ ਪੰਡਤ ਹਰਦਿਆਲ ਨੇ ਕਿਹਾ ਕਿ ਦੌਲਤਾਂ ਡਾਈ ਵੀ ਮੌਜੂਦ ਹੋਣੀ ਚਾਹੀਦੀ ਹੈ ਕਿ ਜਿਸ ਵੇਲੇ ਜਨਮ ਹੋਇਆ ਉਸ ਵੇਲੇ ਦੇ ਹਰਕਤਾਂ ਦੌਲਤਾਂ ਡਾਈ ਨੂੰ ਪਤਾ ਸਨ। ਇਸ ਕਰਕੇ ਮਹਿਤਾ ਕਾਲੂ ਪੰਡਿਤ ਹਰਦਿਆਲ ਕੋਲ ਪਹੁੰਚਾ। ਪੰਡਿਤ ਹਰਦਿਆਲ ਦਲ ਆ ਕੇ ਟੇਲਾ ਬਣਾਉਂਦਾ ਤੇ ਜਿਵੇਂ ਟੇਲਾ ਦੌਲਤਾਂ ਡਾਈ ਦੇ ਕੋਲ ਪੁੱਛ ਕੇ ਤੇ ਮਹਿਤਾ ਕਾਲੂ ਨੂੰ ਟੇਵੇ ਦੇ ਬਾਰੇ ਦੱਸ ਰਿਹਾ। ਉਸ ਵੇਲੇ ਦਾ ਨਕਸ਼ਾ ਤਸੱਪਰ ਹੈ ਸ਼ਹਿਰ ਦਾ ਬੇਨਤੀ ਕਿਉਂ ਕੀਤੀ ਹੈ। ਹਰਦਿਆਲ ਨੇ ਬਾਲਕ ਦੇ ਜਾਂ ਦਰਸ਼ਨ ਆ ਕੇ ਕੀਤੇ, ਇਹਦੀ ਆਸਾਂ ਵਿੱਚ ਆਖਦਾ ਕਈ ਬਰਸਣੇ ਬੀਤੇ। ਚੰਗੀ ਤਰ੍ਹਾਂ ਖੋਲ ਕੇ ਪਤਲੀ ਪੰਡਿਤ ਟੇਵਾ ਲਾਵੇ, ਰੱਬੀ ਜੋਤ ਦਾ ਪੰਡਿਤ ਟੇਵਾ ਕਾਲੂ ਤਈ ਸੁਣਾਵੇ। ਉਹ ਹਰਦਿਆਲ ਨੇ ਮਾਲਕ ਦੇ ਜਾਂ ਦਰਸ਼ਨ ਆ ਕੇ ਕੀਤੇ, ਇਹਦੀ ਆਸਾਂ ਵਿੱਚ ਆਖਦਾ ਕਈ ਬਰਸਣੇ ਬੀਤੇ। ਚੰਗੀ ਤਰ੍ਹਾਂ ਖੋਲ ਕੇ ਪਤਰੀ ਪੰਡਿਤ ਟੇਵਾ ਲਾਵੇ, ਰੱਬੀ ਜੋਤ ਦਾ ਪੰਡਿਤ ਟੇਵਾ ਕਾਲੂ ਤਈ ਸੁਣਾਵੇ। ਜੋਤਿਸ਼ ਮੇਰਾ ਸੱਚ ਦੱਸਦਾ ਏ ਹੈ ਜਗਦਾ ਬਾਲੀ, ਦਾਤਾ ਆ ਗਿਆ ਦੇ ਤਾਰ ਕੇ ਮਣ ਕੇ ਜਗਦਾ ਬਾਲੀ। ਧੰਨ ਭਾਗ ਜੀ ਮਹਿਤਾ ਤੇਰੇ ਪੰਡਿਤ ਸੀਸ ਚੁਕਾਵੇ, ਰੱਬੀ ਜੋਤ ਦਾ ਪੰਡਿਤ ਟੇਵਾ ਕਾਲੂ ਤਈ ਸੁਣਾਵੇ। ਓ ਪੁੱਤ ਤੋਂ ਸਾਦਾ ਮਹਿਤਾ ਜੀ ਓ ਕੁਲ ਦੁਨੀਆ ਦਾ ਰਾਖਾ, ਸ਼ਾਂਤੀ ਦਾ ਏ ਰੈਬਰ ਪੂਰਾ ਸੱਚੀ ਗੱਲ ਮੈਂ ਆਖਾਂ। ਤਾਰਨ ਦੇ ਭੁੱਲਿਆ ਦੇ ਤਾਈ ਵਿੱਚ ਪਰਦੇਸਾਂ ਜਾਵੇ, ਰੱਬੀ ਜੋਤ ਦਾ ਪੰਡਿਤ ਟੇਵਾ ਕਾਲੂ ਤਈ ਸੁਣਾਵੇ। ਓ ਪੀਰ ਫਕੀਰ ਇਸ ਦੇ ਸਾਰੇ ਪੈਣ ਕੇ ਚਰਨੀ ਆ ਕੇ, ਬਾਦਸ਼ਾਹ ਦੇ ਚੋਰਾਂ ਨੇ ਵੀ ਸੇਵਾ ਕਰਨੀ ਆ ਕੇ। ਮਾੜੇ ਰਾਤੇ ਜਾਂਦੇ ਤਾਈ ਰਸਤੇ ਸੱਚੇ ਪਾਵੇ, ਰੱਬੀ ਜੋਤ ਦਾ ਪੰਡਿਤ ਟੇਵਾ ਕਾਲੂ ਤਈ ਸੁਣਾਵੇ। ਓ ਨੇਕੀ ਦਾ ਏ ਸਮਤ ਦੇਵੇਗਾ ਠੱਗ ਰਾਗ ਸ਼ਾਤਾਈ, ਕਰਕੇ ਵੈ ਸਹਰਾਵੇਗਾ ਏ ਹੈ ਦੁਨੀਆ ਦਾ ਸਾਈ। ਲੋਕਾਂ ਨੂੰ ਇੱਕ ਸੱਤ ਨਾਮ ਦਾ ਸੱਚਾ ਨਾਮ ਜਪਾਵੇ, ਰੱਬੀ ਜੋਤ ਦਾ ਪੰਡਿਤ ਟੇਵਾ ਕਾਲੂ ਤਈ ਸੁਣਾਵੇ। ਓ ਲੁੱਟਣ ਸਾਰੇ ਨਾਲ ਜੋਰ ਦੇ ਜਗਤ ਵਾਗਦੇ ਮਾਲੀ, ਬੰਦਿਆਂ ਵਾਲੀ ਨਾ ਰਹੇਗੀ ਭੈੜੀ ਹੁਣ ਦਲਾਲੀ। ਓ ਫਨ ਖਿਲਾਰੀ ਸਭ ਖਿਲੋਤਾ ਦਰਸ਼ਨ ਕਰਨਾ ਚਾਵੇ, ਰੱਬੀ ਜੋਤ ਦਾ ਪੰਡਿਤ ਟੇਵਾ ਕਾਲੂ ਤਈ ਸੁਣਾਵੇ। ਓ ਦੇਵੇਗਾ ਦੀਦਾਰ ਇਸ ਦਾ ਦਰਗਾਹ ਦੇ ਵਿੱਚ ਠੋਈ, ਹਾਰ ਜਾਵੇਗਾ ਇਸ ਦੇ ਕੋਲੋਂ ਬੈਸ ਕਰੂ ਜੇ ਕੋਈ। ਓ ਲਿਖੇ ਚੰਦ ਜਵੰਡਿਆ ਮੋਜੀ ਦਿਲ ਵਿੱਚ ਓਟ ਤਕਾਵੇ, ਰੱਬੀ ਜੋਤ ਦਾ ਪੰਡਿਤ ਟੇਵਾ ਕਾਲੂ ਤਈ ਸੁਣਾਵੇ। ਰੱਬੀ ਜੋਤ ਦਾ ਪੰਡਿਤ ਟੇਵਾ ਕਾਲੂ ਤਈ ਸੁਣਾਵੇ।
गुरु प्यारी सत्संग जी साडा समा समाप्ता ते मन ते बहुत करता थी तुसी देवत्या नूं समाधियां ला के बैठी संगत अते अस नूं सुन रहे साडे ढाडी भी जिहड़े छेवें पातशाह ने कृपा की इन्हां दे उत्ते ते ओह भी एक घंटे की सेवा करनगे। सो सारे ने हाजरी भरनी है जिन्ना टाइम अनाउंस होया ही उस समय के बच्चे रेंदिया होया असी खिमा के जाच गया इतिहास बोलते हैं करो अनेक गलतियां हो जाए अनजाण बच्चे समझ के माफ कर देना इन्ना कुछ कहते सारिया संगत के बहुत धन्यवादी हैं जिन्होंने बहुत सारी माया इतिहास तो खुश हो गए ये जथे का मन किया। सो वाहेगुरु चढ़दियां कला हर मैदान फतेह गुरसिखी जीवन बख्शे इन्ना कुछ कहते हुए असी खिमा के जाचकों बुलाओ फतेह वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह। साढ़े अति सत्कार योग ज्ञानी सरवत सिंह जी भारतवाजियों तो बलवीर सिंह जी जिन्होंने आपू धन धन गुरु नानक देव जी महाराज जिस वे उन्होंने प्रकाश होया है उस समय के दाई दौलत में जो रूहानी नूर के दर्शन होया उस बारे सामू करा रहे सन इन्हों का बहुत बहुत धन्यवाद है। थोड़े समय के बहुत कुछ कहना बड़ी बहुत वड्डी गल हुंदी है ते आओ थोड़ी जी आप स्टेज में विलखणता देिए क्योंकि स्टेज की रहत मर्यादा है पहला कीर्तन है फिर उस तो बाद विचारा तो होना है ढाडी पंथ का महान ढाडी जथा कौर खालसा नकुदर वाले पहुँच चुके आ क्योंकि समा सीमित है पहला भी कह चुका समय थोड़े बेच ही बहुत कुछ कहना एक कलाकार की बखूबी होंगी है। तो इन्हों भी बेनती है कि एक घंटे का समा है गुरु नानक देव जी महाराज के इतिहास बारे जो भी जीवन है उन्होंने बारे सरवण करे आओ इन्हों एक घंटे का समा है आओ स्टेज के उत्ते आके अपना साजन तैयार करो तस द्वारा फिर उन्होंने संगत को बेनती करता कि जिहड़ियां बाहर लंगर छक के खड़ियाँ वो पंडाल दे विच बैठन क्योंकि स्कूल के अंदर ही हाजरी लगती है बाहर नहीं बाहर असा लंगर छक के बारों बारों आई संगत उन्होंने भी बेनती है कि वह भी पंडाल दे विच आओ गुरु चरणों दे विच विराजमान होकर अपन खुशियां प्राप्त करो। ढाडी जो धन धन गुरु हरगोबिंद सिंह महाराज जी ने सानू दात दिती है एक विलखण है जिन्होंने सुन के वड्डे वड्डे योद्धा पैदा हुए वड्डे वड्डे ऋषि मुनियों का दिन बदल गया ते आओ उन्हां कोलों सुनिए शुरुआत है धन धन गुरु नानक देव जी महाराज जी ने जिहड़ा पहला वचन कहा सी कि जिन प्रेम कियो तिन ही प्रभु पायो सारा ने प्यार इतफाक नाल रहना है ते नाल ही एक लैण खिच दित्ती सी जे तो प्रेम खेलन का चाओ सिर तड़ तली गली मोरी आओ जिन्हें साडे नाल प्यार करना है वो आप खत्म करके आवे तो इस दे नाल ही जो अज खालसा पैदा होया है उस दे बारे भी धन धन गुरु नानक देव जी बारे कह के मारिया सिक्का जगत में नानक निर्मल पंथ चलाया। आओ ढाडी सिंह को एक घंटे का समा लैके इन्हों की बेनती करता कि इतिहास बारे जन्म करेंगे वाहेगुरु जी का खालसा वाहेगुरु जी की फतेह। वाहेगुरु वाहेगुरु जी वाहेगुरु 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 जी वाहेगुरु जी वाहेगुरु वाहेगुरु जी
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ वाहिगुरु वाहिगुरु जी वाहिगुरु वाहिगुरु जी वाहिगुरु वाहिगुरु जी वाहिगुरु 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 जी Boom, 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 boom.
सज्जन ठग किते सी चोर भूमि है बसने सी जाके कोल हुना दे जाके कोल हुना दे तुसाने खुद सुधारे जुगो जुग अटल चार शत्र तख्त दे मालक राजान राज पानान पान देवान देव उपमा महान तन तन श्री गुरु ग्रंथ साहिब पातशाह महाराज तिना दी पावन ते पवित्र हजूरी दे अंदर जुड़ बैठे गुरु प्यारे आओ रसना नू फतेह दे सिमरन दे नाल पावन ते पवित्र करिए। फतेह बुलाउण तो पहला महसूस करियो कि साडा जिहड़ा सीस है ओ धन धन श्री गुरु नानक देव पातशाह महाराज जी दे पावन चरणा च झुकन लगा है। साडा औगण भरिया मथा उस रहबर दे चरणा दे नाल स्पर्श हो जाए साडी बुलाई होई फतेह उस अकाल पुरख परमात्मा दे दर ते प्रवान हो जाए। आओ तन मन दे नाल एकाग्र चित होके दोए कर जोड़ सीस नवा के रसना नू फतेह दे सिमरन दे नाल पावन ते पवित्र करिए। गज के आखियो जे वाहे गुरु जी का खालसा वाहे गुरु जी की फतेह। आप जी बड़े धनता दे योग हो जो धन धन श्री गुरु ग्रंथ साहिब पातशाह महाराज जी की पावन हजूरी दे अंदर जुड़ बैठे हो। सतगुरु पातशाह महाराज जी की बड़ी मेहरामत हुई है, गुरु साहब की कृपा हुई है, प्रबंधक जना ने समुचे एनआरआई वीर ने उपराला किया, आप सरबत संगत ने योगदान दिता है। जो धन धन श्री गुरु नानक देव पातशाह महाराज जी के पावन आगमन दिहाड़े समर्पित यह पहला सालाना समागम उलीकिया गया, गुरु साहब की अपार बख्शिश हुई है। अरदास करते हैं सतगुरु पातशाह महाराज आप जी का कदम कदम चलिया लेख दे विच लाउण, आप जी दियां सद भावनावां मनोकामनावां सतगुरु पातशाह महाराज जी संपूर्ण करन, अपने दरो करो नाम दी दात गुरसिखी जीवन बख्शिश करन। आप सरबत संगत नूं धन धन श्री गुरु नानक देव पातशाह महाराज जी दे पावन आगमन दिहाड़े दी मैं अपने जथे वलों लख लख वधाई देनी है। गुरु साहब अपार बख्शिश करन कृपा करन। आओ प्यारिओ जितना क समा आप रब वर्गी संगत वलों हुक्म होया उस समय दे विच रह के आप जी की गोरी इतिहास के नाल सेवा करनी है। आप सिख संगत दे असी सतगुरु पातशाह महाराज जी की मेहरामत होवे पाक पवित्र इतिहास दे वर्कियां नू मैनू खुलण दा दातिया बल बख्शी, जिथे उलझ जावे मेरी मत छोटी उस गुंजल दा मैनू हल बख्शी, जुड़ी रहे साहां दी तंद एदा तेरे नाम नाल जुड़े होए पल बख्शी, हथ जोड़ रणजीत कहे ए रसना नू तेरी संगत नाल करन वाली गल बख्शी गल बख्शी। सतगुरु पातशाह महाराज जी की मेहरामत होवे आप सिख संगत दे असीस। आओ धन धन श्री गुरु नानक देव पातशाह महाराज जी के पावन इतिहास के नाल जुड़ना करिए। मेरे तो पहला बड़े ही सूझवान कविश्री जथा जिन्होंने धन गुरु नानक पातशाह महाराज जी के प्रकाश का इतिहास आप जी की खिदमत के रखिया, मैं कोशिश करांगी कि इस तो अगे प्रसंग की शुरुआत की जाए। धन धन श्री गुरु नानक देव पातशाह महाराज जी मात लोक आने की क्यों लोड़ पई, क्यों गुरु साहब नूं इस रुकाई दे विच आउणा पिया, क्यों सतगुरु पातशाह महाराज जी नूं मनुखा जमा धारण करके मातलोक विच आउणा पिया, क्योंकि प्यारे उस समय दे विच चार तरह का हनेरा फैलिया होया सी। सतगुरु पातशाह महाराज जी का फरमान है हो भाल विकनी होई अंधेरे राह ना कोई। सतगुरु पातशाह महाराज जी कहिंदे सारे पासे हनेरा ही हनेरा सी, ते याद रखियो यह जिहड़ा हनेरा है यह रात का हनेरा नहीं, यह हनेरा सी पाप दा हनेरा कूड़ दा हनेरा अंध विश्वास दा हनेरा कर्मकांड दा हनेरा चारे पासे फैलिया होया सी, ते हनेरा जिहड़ा सी चार तरह दा सी।
पहला धार्मिक हनेरा, दूसरा आर्थिक हनेरा, तीसरा राजनीतिक हनेरा, चौथा जड़ा उस समाजिक हनेरा। क्योंकि इन्हां चारां दी दशा जिहड़ी सी बहुत माड़ी सी। एक समाज का ढांचा जिहड़ा हुंदा है वह राजनीति ते टिकिया हुंदा है, ते राजनीति जिहड़ी सी उस समय कूड़ की राजनीति सी। ते धार्मिक दशा इन्नी माड़ी हो चुकी सी कि कोई भी शूद्र जाति का बंदा मंदिर के लागो की नहीं लंघ सकता सी। एक खूह दे विचों एक कुत्ता ते पानी पी सकता सी, पर शूद्र जाति का इंसान पानी नहीं पी सकता सी। ते प्यारिओ इस गल की गवाही भगत नामदेव जी दिंदे ने। वह मंदिर दे विच गए ते मंदिर दे विच उन्हां नूं कट दिता गया ते आवाज मारी उस परमात्मा नूं आख्या, ये पंडिया मोको ढेड कहत है शूद शूद कर मार्ग उठायो। कहिंदे मैनूं शूद शूद कह के मंदिर दे विचों कट दिता गया। ते याद रखियो मेरियां मातावां भैणां अज संगत दे विच बराबरता दे दर्जे दे नाल सज के बैठियां। ते याद रखियो ये बदौलत सिर्फ धन गुरु नानक पातशाह महाराज जी दी। मैं बीबिया नूं बेनती कर जावां कि गल्लां करन वास्ते साडे कोल बहुत समां, तुसीं घर दे विचों भी गल्लां ही करदियां आईआं, हुण इत्थे आ के भी तुसीं गल्लां ही करनियां ते घर जाके फिर तुसीं गल्लां करनियां। जे थोड़ा समां अपने आप नूं संकोच लईए ते चंगी गल है, क्योंकि सतगुर पातशाह महाराज जी दे दर्शन दे दारे वड्डिआं भागां दे नाल नसीब हुंदे ने। तुहाडे बड़े वड्डे भाग ने, बड़े चंगे कर्म ने जिहड़े सतगुर पातशाह महाराज जी दी हजूरी दे विच बैठण दा सुभाग प्राप्त होया। सो कोशिश करो कि जिहड़ा सानूं गुरु साहिब ने कृपा करके समां बख्शिश कीता उहदा लाहा लईए। याद रखियो गुरु साहिब दी बदौलत तुसीं बराबरता दे दर्जे दे नाल गुरु दी प्यारी संगत दे विच सज के बैठे, क्योंकि उस समय दे विच इस्त्री जात नूं सब तो ज्यादा नकारिया गया। कईआं ने इस्त्री नूं पैर दी जुत्ती आख दिता, कईआं ने इस्त्री नूं घर दी नौकर राणी आख दिता, इत्थों तक उत्थों दे कवियां ने कह दिता, कहिंदे ढोर गवार शूद्र पशु नारी इह पांचो ताड़न के अधिकारी। पर इको एक रैपर दुनिया ते आया, इको एक पीर दुनिया ते आया जिन्हें समय दे कवियां नूं ललकार के आख्या, कहिंदे सो क्यों मंदा आखिया जित जमै राजा। महाराज कहिंदे उस जननी नूं उस औरत नूं क्यों माड़ा आखदे हो जिन्हें एडे एडे वड्डे राजे महाराजा नूं जन्म दिता है, जिन्हें एडे एडे वड्डे पीर पैगंबरां नूं जन्म दिता है, उस जननी नूं उस औरत नूं माड़ा आखण दा तुहानूं कोई हक नहीं। धन गुरु नानक पातशाह महाराज जी ने साढ़े ते बहुत कृपा की है, पर अज प्यारिओ असी गुरु साहब दीआं बख्शिशां नूं गुरु साहब दीआं रहमतां नूं मन दे विचों विसार दिता है। सतगुर पातशाह महाराज जी के पावन दरबार दे विच ते आउणे आ, गुरु साहब नूं नतमस्तक हुंदे आ, धन गुरु ग्रंथ साहिब पातशाह महाराज जी नूं मत्था टेकदे आ, पर गुरु की बाणी नहीं मनना चाहुंदे। गुरु साहब नूं मत्था जरूर टेकदे आ, नतमस्तक जरूर हुंदे आ, पर धन गुरु ग्रंथ साहिब पातशाह महाराज जी की बाणी नहीं मनना चाहुंदे। गुरु की कहिंदा है असीं इह गल नहीं मनना चाहुंदे, पर गुरु की हजूरी दे विच आउणे आ। ते प्यारिओ याद रखियो साडे गुरु साहिबां दे आगमन दिहाड़े मनाए ते ना मनाए इक बराबर है, जे असीं गुरु की गल नहीं जे मननी। जे असीं गुरु की गल मननी है ना, फिर ही साडे गुरु साहिबां दे आगमन दिहाड़े जिहड़े मनाए ने उह सफल ने। आओ प्यारिओ गल करदे हां धन गुरु नानक पातशाह महाराज जी की चौथी ते आखरी उदासी। गुरु साहिब ने उदासियां नूं चाले पाए, सतगुरु पातशाह महाराज जी नूं किसी भी जात का किसी भी मजहब का किसी भी बरादरी का जड़ा भी मिले वह गुरु साहब की विचारधारा तो प्रभावित हुआ। गुरु साहब की चौथी ते आखिरी उदासी, सतगुरु पातशाह महाराज पहुंचे ने बगदाद की धरती ते। भाई गुरदास जी लिखते ने, फिर बाबा गया बगदाद नूं बाहर जाए किया अस्थाना, एक बाबा अकाल रूप दूजा रबाबी मर्दान। धन गुरु नानक पातशाह महाराज जी बगदाद की धरती ते पहुंचे ने। इत्थे रहिंदे ने मुसलमान मजहब के लोग, ते मुसलमान मजहब दे विच राग गाउणा संगीत गाउणा ते सुनना सख्त मना है। राग गाउण दी ते राग सुनन दी सख्त मनाई है। धन गुरु नानक पातशाह महाराज जी बगदाद की धरती ते पहुंचे ने। गुरु साहब ने बगदाद की धरती ते आके भाई मरदाना जी नूं आख्या, मरदानिया रबाब छेड़ उस अकाल पुरख परमात्मा की आराधना करिए, उहदी उस्तत करिए। मरदाने ने रबाब छेड़ी है, गुरु साहब ने इलाही सुरां दे विच कीर्तन करना आरंभ कर दिता है। हुण शब्द की आवाज जड़ी है, राग की सुगंधी जड़ी है, बगदाद के कण कण दे विच फैल गई है। हुण इत्थे रहिंदा एक पीर दस्तगीर, बड़ा उच्चा सिंघासन है, बड़ी उच्ची पदवी है, बड़ी उच्ची शख्सियत है इस बगदाद दे विच, उहदी बड़ी मानता है।
बड़े चेले ने बड़े सिर झुकते ने हुण पीर दस्तगीर के चेलियां के कन्नां दे विच धन गुरु नानक पातशाह महाराज जी की आवाज पई दौड़ के आए पीर दस्तगीर दे कोल आखण लगे ऐ पीर दस्तगीर कहर खुदा दा पता नहीं कौन है कित्थों आया है ते साडे बगदाद दे विच आके उन्हें साडे धर्म दे खिलाफ राग गाउणा शुरू कर दिता साडे कानूनां दी उलंघना कीती पीर दस्तगीर नूं जदों इन्नी गल दा पता लगा गुस्से दे विच मन दे विच भांबड़ मच उठिया आखण लगा जाओ जाके उहनूं मेरे कोल लैके आओ ते याद रखियो जे आने लई ना मने ते हत्थां दे विच पत्थर फड़ के लैके जायो पत्थर मार मार के उहनूं उत्थे खत्म कर दे हुण पीर दस्तगीर दे चेले इन्हां ने हत्थां दे विच पत्थर लै ले ने पत्थर हत्थां दे विच लैके उस पासे नूं तुर पए ने जिस पासिओं शब्द गायन करन दी आवाज आ रही है पहुंच गए ने धन गुरु नानक पातशाह महाराज जी दे कोल जदों नेड़े गए जाके कोल सतगुरु पातशाह महाराज जी दे जदों कोल पहुंचे ने इन्हां दे हत्थां ते जिहड़े पत्थर फड़े सी ना ओह आप मारे जमीन दे उत्ते डिग गए सतगुरु पातशाह महाराज जी दे नूरानी चेहरे दे दर्शन कीते ने हाथ जोड़ लए ने आखण लगे ऐ बाबा तेरी आवाज दे विच बड़ी शांति है तेरे चेहरे दे विच बड़ी खिच है बड़ा नूर है तेरे चेहरे दे उते आ वेख तैनू मारन वास्ते असी पत्थर चुके लैके आए सी तेरी ऐसी कृपा हुई कि साडे हत्थां दे विचों अपने आप पत्थर जमीन दे उते डिग गए ऐ बाबा चल साडे नाल साडे पीर दस्तगीर ने तैनू अपने कोल बुलाया धन गुरु नानक पातशाह महाराज जी उठे ने पीर दस्तगीर दे कोल पहुंच गए ने हुण पीर दस्तगीर उच्चे सिंघासन दे उते बैठा होया ते धन गुरु नानक पातशाह महाराज एदे चेलियां दे नाल जमीन दे उते खलोते पीर दस्तगीर दा उच्चा सिंघासन लगा गौर दे नाल सतगुरु पातशाह महाराज जी वल वेख्या बाणा वेख्या पहरावा वेख्या वेख के उच्ची आवाज विच कहिंदा कौन है कित्थों आया अपना नाम दस धन गुरु नानक पातशाह महाराज जी कहिंदे मेरा नाम है नानक ते मैं हिंदुस्तान तो आया वेख के आखण लगा कहिंदा वेखण नूं तां कोई फकीर जापदा है पर मैनूं इउं लगदा है तू मुसलमान नहीं क्योंकि जेकर तू मुसलमान हुंदा तैनूं पता होणा सी कि मुसलमान धर्म दे विच राग गाउण दी सख्त मनाही है संगीत गाउण दी सख्त मनाही है ते तू बहुत वड्डी कुताही कर दित्ती है मैं तैनूं इस बदले सजा देंगा ते जे तू सजा तों बचना चाहुंदा है ते चल मैनूं कोई करामात करके विखा धन गुरु नानक पातशाह महाराज जी आखण लगे ऐ पीर दस्तगीर करामात खुदा दी रहमत है असी करामात नहीं विखा सकते पीर दस्तगीर आखण लगा कहिंदे जे करामात नहीं विखाउणी तेरे कोल बचण दा इक होर तरीका है मेरे ज़हन दे विच मेरे मन दे विच तीन सवाल आउंदे ने तू आ तिन्नां सवालां दा जवाब मैनूं दे दे ते मैं तैनूं इत्थों जाण देंगा नहीं ते मैं अपने चेलियां नूं हुक्म करांगा मेरे चेले तैनूं पत्थर मार मार के मार देणगे धन गुरु नानक पातशाह महाराज जी मुस्कुरा पए आखण लगे पीर दस्तगीर इन्ना उच्चा सिंघासन ला लिया इन्नी उच्ची अवस्था हो गई है इन्ने सिर झुकते ने इन्नी मानता है पर अजे भी मन दे विच शंके क्योंकि प्यारे जेड़ा मन पक जावे ना उस मन दे विच सवारे शंके नहीं आंदे ते जेड़ा मन कच्चा है ओहदे विच सवाल ते शंके कदे खत्म नहीं जे हुंदे हुण पीर दस्तगीर आखण लगा ऐ नानक इन्हां तिन्नां सवालां ने मेरा आराम हराम कीता है मैं चाहुंदा है कि तू मैनूं इन्हां तिन्नां सवालां दे जवाब दे के जा सतगुरु नानक पातशाह महाराज जी आखण लगे ऐ पीर दस्तगीर दसो तुहाडे मन दे विच केड़े तिन्न सवाल ने हुण धन गुरु नानक पातशाह महाराज जी नूं पीर दस्तगीर अपने तिन्न सवाल जिवें दस रहे ढाडी जथा हे इउं बयान कर Thank you.
पर दूर विखाओ जी। ओ मेरे मन दे शक नू कर दूर विखाओ जी। ओ मेरे मन दे शक नू कर दूर दिखाओ जी। Thank you.
आखन लगा ए नानक मेरे जहन दे विच मेरे मन दे विच तीन सवाल आउंदे ने ते उन्हां तिन्हां सवालां ने मेरा आराम हराम कीता ते मैं चाहुंदा है कि तू मैनू ओ तिन्हां सवालां दे जवाब दे के जा। धन गुरु नानक पातशाह महाराज जी आखन लगे कहिंदे दसो तुहाडे किहड़े सवाल ने। आखन लगा ए नानक मेरा पहला सवाल है कि रब तो पहला की सी ते मेरा दूसरा सवाल है जे रब है ते ओ विखाई किवें दिंदा है ते मेरा तीजा सवाल है कि जे रब है ते ओ करदा की। अज भी प्यारियो गाहे बगाहे साडे मन दे विच इह सवाल चलदे ने। असी चाहुंदे हां कि जे इस परमात्मा दी जे इस अकाल पुरख दी असी इबादत करदे हां बंदगी करदे हां सानू उहदे दर्शन दे दारे भी होण। ते धन गुरु नानक पातशाह महाराज जी ने दस्सिया कि असी जिस इष्ट नूं मनदे आ जिस परमात्मा की आराधना करदे आ सानू उहदे दर्शन दे दारे किवें हो सकदे ने। हुण पीर दसगीर आखण लगा ऐ नानक ये तीन सवाल मेरे जहन दे विच चलदे ने अज तक किसी ने मैनू इन्हां तिन्हां सवालों का तसली बख्श जवाब नहीं मिलिया। मैं चाहुंदा कि तू मैनू इह तिन्हां सवालों के जवाब दे के जा। धन गुरु नानक पातशाह महाराज जी आखण लगे ऐ पीर दस्तगीर तेनू तेरे तिन्हां सवालों का जवाब मिल जाएगा पर जवाब लैण वास्ते साडी एक शर्त मननी पैनी। आखण लगा नानक मैनू जवाब चाहीदा ते मैं तेरी हर शर्त मनण वास्ते तैयार हाँ। गुरु साहब आखण लगे ऐ पीर दस्तगीर जे तेनू जवाब चाहीदा फिर तेनू ओ करना पैना जो असी कहांगे। आखण लगा नानक मैनू मंजूर है मैनू मेरे तिन्हां सवालों का जवाब दे ते तू जो कहेंगे मैं वह करने वास्ते तैयार हाँ। गुरु साहब आखण लगे फिर दसो तुहाडा पहला सवाल की सी। आखण लगा नानक मेरा पहला सवाल है कि रब तो पहला की सी। धन गुरु नानक पातशाह महाराज जी आखण लगे कहिंदे जे तेनू तेरे पहले सवाल का जवाब चाहीदा एक मोतियां का भरिया होया थाल मंगवा। पीर दस्तगीर ने जदों इन्नी गल सुनी है मन दे विच सोचण लगे कि नानक लालची हो गया। हो सकता है कि नानक ने मैनू इस सवाल का जवाब देण दे बदले मेरे कोलो मोती लैणे। फिर मन दे विच सोचदा मना जे मोती दे के भी इस सवाल का जवाब मिलदा ते मैं मोती देण वास्ते तैयार हाँ मैनू सवाल का जवाब चाहिए। इन्हें अपने चेलियां नूं हुक्म कीता इहदे चेले गए ने मोतियां दा भरिया होया थाल लैके आ गए। वह मोतियां का भरिया थाल धन गुरु नानक पातशाह महाराज जी के सामने किया। महाराज आखण लगे कहिंदे ये थाल जिहड़ा ये पीर दस्तगीर के सामने रख दे। वह मोतियां का भरिया होया थाल पीर दस्तगीर के सामने रख दिता गया। महाराज आखण लगे ए पीर दस्तगीर इन्हां मोतियां नूं गिणना शुरू करो। पीर दस्तगीर ने गिणती शुरू की है गिणिया एक दो तीन चार पांच गिणे ते धन गुरु नानक पातशाह महाराज जी आखण लगे कहिंदे पीर जी रुक जाओ तुहाडी गिणती गलत है। मन दे विच सोचण लगा मना मैं ते सही गिणिया हो सकदा नानक नूं भुलेखा लग गया होवे चल जे नानक कहिंदा है ते मैं दोबारा गिण दिंदा। दोबारा फिर गिणती शुरू की है आखिया एक दो तीन गुरु साहब आखण लगे पीर जी तुहाडी गिणती गलत है गिणती दोबारा गिणो। आखण लगा नानक अजे ते गिणे ही तीन है ते तिन्हां दे विच कीड़ी गलती हो सकती है तिन्हां दे विच कीड़ी गलती हो गई जिहड़े मैं गलत गिण दिते। महाराज आखण लगे कहिंदे पीर दस्तगीर तेरी गिणती गलत है दोबारा गिण। आखण लगा ठीक है नानक फिर दोबारा गिणे। फिर महाराज जी ने रोक दिता आख्या पीर दस्तगीर दोबारा चंगी तरह गिणो तुहाडी गिणती गलत है। आखण लगा नानक तेनू भुलेखा लग रहा है मेरी गिणती गलत नहीं। महाराज कहिंदे तुहाडी गिणती गलत है दोबारा गिणो। आखण लगा नानक हुण जिथे मैं गलत होया मैनूं उत्थे रोकी मैनूं अगे ना जाण दे। गुरु साहब आखण लगे ठीक है दोबारा गिणना शुरू करो। पीर ने गिणिया एक महाराज कहिंदे रुक जाओ तुहाडी गिणती गलत है। आखण लगा नानक कमाल करदा अजे ते गिणिया ही एक है ते एक दे विच कीड़ी गलती हो गई। महाराज कहिंदे एक तो पहला गिणना शुरू कर। आखण लगा नानक एक तो पहला तो कुछ भी नहीं
एक तो पहला ते सिफर है, एक तो पहला ते जीरो है। महाराज कहते यही तेरे पहले सवाल का जवाब है। जे एक तो पहला कुछ नहीं ते याद रख उस अकाल पुरख परमात्मा तो पहला भी कुछ नहीं। हुण पीर दस्तगीर नूं पहले सवाल का जवाब मिल गया, मन दे विच तसल्ली हो गई। आखण का नानक मैनू मेरे पहले सवाल का जवाब तसली बख्श मिल गया। मैं चाहना कि हुण मेरे दूसरे सवाल का जवाब भी दे। महाराज कहते दसो तुहाडा दूजा सवाल केड़ा। आखण लगा नानक मैनू पता लग गया कि रब तो पहला कुछ भी नहीं। हुण मैनू यह दस जे रब है तो वह विखाई किवें दिंदा। महाराज कहते इस सवाल का जो जवाब चाहिए ना एक कटोरा दुध का मंगवा। पीर दस्तगीर सोचण लगा कि गुरु साहब बगदाद की धरती से आए ने, इथों के लोगों ने पत्थर से जरूर मारे होणगे पर किसी ने अन्न पानी छकण वास्ते नहीं पूछा होना है। हो सकता नानक नूं भुख लगी होवे, नानक ने दुध छकना होवे ते दुध छक के मैनू मेरे दूजे सवाल का जवाब देना होवे। इन्हें अपने चेलियां नूं हुक्म किया, इहदे चेले दुध का भरिया होया कटोरा लेके आए ने। वह दुध का भरिया कटोरा जिहड़ा धन गुरु नानक पातशाह महाराज जी के सामने कर दिता गया। गुरु साहब आखण लगे कहिंदे दुध का कटोरा जिहड़ा ਇਹ ਪੀਰ ਦਸਤਗੀਰ ਦੇ ਸਾਹਮਣੇ ਰੱਖ ਦੇ। ਦੁੱਧ ਦਾ ਭਰਿਆ ਹੋਇਆ ਕਟੋਰਾ ਪੀਰ ਦਸਤਗੀਰ ਦੇ ਸਾਹਮਣੇ ਰੱਖ ਦਿੱਤਾ ਗਿਆ। ਮਹਾਰਾਜ ਆਖਣ ਲੱਗੇ ਇਹ ਪੀਰ ਦਸਤਗੀਰ ਇਸ ਦੁੱਧ ਦੇ ਵਿੱਚ ਕੁਝ ਹੈ। ਪੀਰ ਦਸਤਗੀਰ ਨੇ ਗੌਰ ਦੇ ਨਾਲ ਵੇਖਿਆ, ਸੋਚਣ ਲੱਗਾ ਕਿ ਮੇਰੇ ਚੇਲੇ ਜਦੋਂ ਦੁੱਧ ਲੈ ਕੇ ਆਉਂਦੇ ਹੋਣੇ ਨੇ, ਹੋ ਸਕਦਾ ਵਿੱਚ ਕੁਝ ਪੈ ਗਿਆ ਹੋਵੇ। ਨਾਨਕ ਨੂੰ ਭੁਲੇਖਾ ਲੱਗਾ, ਉਹਨੇ ਗੌਰ ਦੇ ਨਾਲ ਵੇਖਿਆ, ਵੇਖ ਕੇ ਆਖਣ ਲੱਗਾ ਨਾਨਕ इस दुध दे विच कुछ भी नहीं, तुसी बेफिक्र होके छक लो। गुरु साहब फिर आखण लगे ए पीर दस्तगीर गौर दे नाल वेख इस दुध दे विच कुछ है। पीर ने फिर गौर दे नाल वेख्या, आखण लगा नानक दुध दे विच ते कुछ भी नहीं है, मैं चंगी तरह वेख लिया, तुसी छकना बेफिक्र होके छक लो। महाराज कहते नहीं पीर दस्तगीर दुध दे विच कुछ है, चंगी तरह वेख। पीर दस्तगीर ने फिर ध्यान दे नाल वेख्या, ध्यान दे नाल वेख के आखण लगा ए नानक मैं दो बार चंगी तरह वेख लिया, मैनू दुध दे विच कुछ भी विखाई नहीं दिता, दुध दे विच कुछ भी नहीं है, तुसी छकना बेफिक्र होके छक लो। महाराज कहिंदे आ पीर दस्तगीर दुध दे विच घिओ है ते जे इहनू कढ़णा ते की करना पैंदा। आखण लगा ए नानक जे दुध दे विचों घिओ कढ़णा इहनू गर्म करना पैंदा है, फिर इहनू जाग लाउणी पैंदी है, फिर दही जमा के फिर किते इहनू रिड़कणा पैंदा है, फिर जाके इहदे विचों घिओ निकलदा है। महाराज कहिंदे जिवें दुध दे विच घिओ है ओवें ही कण कण दे विच परमात्मा है। जिवें दुध दे विचों घिओ कढ़ण वास्ते मेहनत करनी पैंदी है, ओवें ही कण कण विचों परमात्मा नूं वेखण वास्ते इबादत करनी पैंदी है, बंदगी करनी पैंदी है। सगल बनस्पत मह बसंतर सगल दूध मह घिया ऊच नीच मह जोत समाणी घट घट मध जिया। धन गुरु नानक पातशाह महाराज पीर दस्तगीर के दूसरे सवाल का जवाब है इउं दे रहे।
जी जानो अंदर वल तक लवो अपने अंदरों रब पछाणो अंदर वल तक लवो अपने अंदरों रब पछाणो अंदर का चानण ही अंदर का चानण ही मन जो तेरा दूर बजादा कण कण विच बसदा है ऐ पर रब नजर नहीं आउंदा कण कण विच बसदा है ऐ पर रब नजर नहीं आउंदा फिर किते जाके परमात्मा नजर आउंदा हुण पीर दस्तगीर नूं उहदे दूजे सवाल दा जवाब भी तसल्ली बख्श मिल गया हुण अंदरों अंदरी पीर दा मन जिहड़ा उह धन गुरु नानक पातशाह महाराज जी वल झुकण लग गया मन दे विच हंकार सी उह हंकार जिहड़ा थोड़ा थोड़ा खत्म होण लग गया हुण आखण लगा नानक मैनू मेरे दूजे सवाल दा भी जवाब मिल गया है हुण कृपा कर मैनू मेरे तीसरे सवाल दा जवाब भी दे महाराज कहिंदे ऐ पीर दस्तगीर दसो तुहाडा तीजा सवाल किहड़ा है आखण लगा नानक मैनू पता लग गया कि रब तो पहला कुछ भी नहीं मैनू पता लग गया कि दुनिया दे कण कण दे विच परमात्मा है मैं हुण पुछणा चाहुंदा है कि जे रब है ते ओह करदा की महाराज कहिंदे जे तैनू तेरे तीजे सवाल दा जवाब चाहीदा ते उठ अपने सिंघासन तो
उस जगह ते आके खलो जा जिथे असी खलोते हैं ते असी तेनू तेरे सिंघासन ते बैठ के ए सवाल दा जवाब देना। हुण पीर दस्तगीर उठिया अपने सिंघासन तो उस जगह ते आके खलो गया जिथे धन गुरु नानक पातशाह महाराज जी खलोते हैं ते धन गुरु नानक पातशाह महाराज पीर दस्तगीर दे सिंघासन ते जाके बैठ गए। हुण सिंघासन ते बैठे ने, सिंघासन ते बैठ के सतगुर पातशाह महाराज जी ने नेत्र कर ले ने बंद ते सुरत उस अकाल पुरख परमात्मा दे नाल जोड़ ली। पीर दस्तगीर अपने चेलियां दे कोल खलोता है, खलोता इंतजार कर रहा कि कदों नानक मेरे तीसरे सवाल का जवाब दिंदा। समा बीत गया, काफी समा बीत गया, यह धन गुरु नानक पातशाह महाराज जी के चेहरे वालों वेखी जा रहा है, सोच रहा कि हुण भी नानक मेरे सवाल का जवाब दिंदा, हुण भी नानक मेरे सवाल का जवाब दिंदा। पर धन गुरु नानक पातशाह महाराज जी ने नेत्र बंद किए हुए ने, महाराज उस अकाल पुरख परमात्मा दे नाल जुड़े हुए ने, ते पीर दस्तगीर ने आवाज मारी है, आखण लगा नानक हुण ते मेरे सिंघासन ते भी बैठ गया, हुण ते मेरे सवाल का जवाब दे दे। महाराज कहते पीर दस्तगीर यही तेरे तीसरे सवाल का जवाब सी, तू पुछदा रब करदा की है, रब आही करदा है, रब चाहे ते तेरे वर्गियां दी जगह ते साडे वर्गियां नूं बिठा दिंदा है, जे रब चाहे ते साडे वर्गियां दी जगह ते तेरे वर्गियां नूं खड़े कर दिंदा है। रब दे रंगां दा किसे ने भेद नहीं पाया ते ना कदे कोई पा सकदा है। धन गुरु नानक पातशाह महाराज पीर दस्तगीर दे तीसरे सवाल का जवाब है इउं दे रहे ने। भजन कुरान दा
जाने आने का तो बचन कुरान दा रब दया रंगा नू कोई नी जानदा 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 जवाब नहीं दिता ए नानक अज तू मैनू मुकम्मल खुदा मिलिया तू मैनू तिना सवालों का जवाब दे दिता गज के कह दो सतनाम श्री वाहेगुरु धन गुरु नानक पातशाह महाराज जी ने पीर दस्तगीर दे तिना सवालों का जवाब दिता है ते प्यारे बगदाद दे विच जिथे पीर दस्तगीर दी मजार है ना
उत्थे धन गुरु नानक पातशाह महाराज जी का पावन अस्थान भी बनया होया सी, पर 2007 दे विच बमबारी हुई, पीर दस्तगीर दी मजार जड़ी है वह भी नष्ट हो गई, ते गुरु साहब दा पावन अस्थान जड़ा वह भी ढह गया। पीर दस्तगीर दी मजार ते दुबारा बन गई है, पर धन गुरु नानक पातशाह महाराज जी का पावन अस्थान अजे तक नहीं बनया। गुरु साहब कृपा करन, आपे सतगुरु पातशाह महाराज जी ने अपने प्यारे नूं अपने नाम दे नाल जोड़ लेना। धन गुरु नानक पातशाह महाराज जी जिथे जिथे भी गए, जिन्हें भी गुरु साहब के पावन बचन सुने, भावे वह किसी भी जात का सी, किसी भी मजहब का सी, किसी भी बरादरी का सी, वह धन गुरु नानक पातशाह महाराज जी की विचारधारा तो प्रभावित होया। ते अज असी मन अंदर झाती मर के वेखिए, असी तो गुरु के सिख हाँ, असी किन्ना क मनते हैं धन गुरु नानक पातशाह महाराज जी की गल। याद रखियो, धन गुरु नानक पातशाह महाराज जी का आगमन दिहाड़ा मनाया ते ना मनाया एक बराबर है, जे गुरु की गल नहीं जो मनी। जे अज गुरु साहब का प्रकाश दिहाड़ा मना के कल नूं घर दे विच कोई दिन सुद रखना ते पंडितां दे कोल जाके पैंचकां पुछनियां फिर प्रकाश दिहाड़ा मनाया ते ना मनाया एक बराबर है। जे श्राद्ध मनाउणे आ ना मरिया नूं रोटी पहुंचाउणी है फिर प्रकाश दिहाड़ा मनाया ते ना मनाया एक बराबर। जे जे जाके पिंडां दीआं बेरियां ते जाके बोड़ां नूं धागे बनणे ने फिर प्रकाश दिहाड़ा मनाया ते ना मनाया एक बराबर है। जे कर्म कांडां दे विच फसणा है, जे सवेरे सवेरे अखबार आउणी है ते खबरां पढ़न तों पहलां राशिफल देखणा है ते प्यारियो फिर प्रकाश दिहाड़ा मनाया ते ना मनाया एक बराबर। किसी विद्वान ने बखूब लिखा है, वो कहता जिनके दिन मनाते हो उनकी बात भी मानो, ते किते ए गल ना हो जावे असी मना च ए सोचीदा मैं सिख गुरु नानक दा अखवाउणा चाहुंदा हां पर ओदी बाणी तो कन्नी कतराउणा चाहुंदा हां, ओदे आखे एक अकाल पुरख अटल सदा पर मैं देवी देवते होर ध्याउणा चाहुंदा हां, ओने आखे धर्म पखंडा दे नाल निभदा नहीं पर मैं कर्म कांडा नूं भी अजमाउणा चाहुंदा हां, ओदे आखे रोशन कर लै सच अंदर नू पर मैं दीवे कबरा उते जगाउणा चाहुंदा हां, ओने आख्या छड विचारा सब कुछ ओदा है पर मैं जिंदगी इन्हां विच उलझाउणा चाहुंदा हां, मैं मनदा नानक नू नानक दी नहीं मनदा नानक नू अपनी मैं मनवाउणा चाहुंदा हां, जेड़ा झूठी दुनिया तो रणजीत चलिया वख हो के मैं ओनू दुनिया नाल रलाउणा चाहुंदा हां, मैं सिख गुरु नानक दा अखवाउणा चाहुंदा हां पर ओदी बाणी तो कन्नी कतराउणा चाहुंदा हां। असी सिख जरूर रखवाना चाहते हैं, असी धन गुरु ग्रंथ साहिब पातशाह महाराज जी दे सामने नतमस्तक जरूर हुन्ने आ पर गुरु दी बाणी मनण तो इनकारी हो जाईदा, असी गुरु दी गल नहीं जे मनदे ते जे प्यारियो असी अजे भी कर्म कांडा च फसे रहना ना। याद रखियो, दुनिया बड़ी तेज रफ्तार दे नाल अगे नूं जा रही है पर गुरु दा सिख फिर उत्थे ही आई जा रिहा जिथों धन गुरु नानक पातशाह महाराज जी ने सानूं कढ़िया सी। गुरु साहब ने कर्म कांडा दे विचों कढ़िया, गुरु साहब ने सानूं ढोंग पखंडा चों कढ़िया, गुरु साहब ने सानूं दिना दिना दीआं जिहड़ियां आपां विचारां करदे उहनां दे विचों कढ़िया, पर अज किते ना किते मना अंदर झाती मार के वेखीए, असी वीरवार कपड़े धोणों हट गए, मंगलवार कपड़े धोणों हट गए, असी शनिवार के असी इशनान करनों हट गए, असी सारे दिन बाबिआं दे बना दित्ते ते कोई भी दिन जिहड़ा असी किसी भी काम काज ले काज दे लई नहीं रखिआ, असी हर दिन विचार करनी शुरू कर दित्ती, फिर असी कित्थों गुरु नानक पातशाह महाराज जी दे सिख रह गए। ते जे गुरु साहब दे सिख बनना ते गुरु साहब दे पूर्णियां ते चलण दी भी कोशिश करिए। आओ प्यारिओ, जितना क समा आप रब वर्गी संगत वालों हुक्म होया सी, समय दी समाप्ति है, इतिहासिक विचारा करदे कई प्रकार दीआं गलतियां गुस्ताखियां उणताईआं रह गईआं होणगीआं, आप रब वर्गी संगत बख्शण योग बख्श लैणा, इतिहास दा सतिकार करदे आप रब वर्गी संगत ने बेंत आसीस दे के निवाजिआ, मैं अपने ढाडी जथे वल्लों आप जी दा तहे दिल तों धन्नवाद करदी हां। धन्नवाद है मेरे वीर बलबीर सिंह जी भारदवाजीआं तों जिन्हां दी बदौलत आप रब वर्गी संगत दे दर्शन दीदारे होए ने, कोटान कोट शुक्र गुजार हाँ साहिब श्री गुरु ग्रंथ साहिब पातशाह महाराज जीआं दे जिन्हां ने मनुखा जामा बख्शिश करके अपने दर दे ढाडी होण दा माण बख्शिआ। आप जी दी सेवा कर रहे सी कौर खालसा ढाडी जथन कोदर वाले, आए हुए जथे नूं हथ जोड़ के जीओ आया, इतनिया क बेनतियां करो प्रवान, एक बारी फिर रस्मां नूं पवित्र करदे हुए गज के कह दिओ जी वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। ऐसी ढाडी जथा कौर खालसा जिन्हां ने धन गुरु नानक देव जी महाराज जी दित्ते हुए
तीन जवाब का प्रसंग सुनाया है। संसार दे विच दो ही गल्लां प्रसिद्ध हैं, एक जवाब है जां सवाल है। धन गुरु नानक देव जी ने अपने 70 साल की उम्र दे विच जवाब ही दिते आ, चाहे वह प्रकाश का समा सी दौलत दाई नूं दिता होवे, ते चाहे वह बली कंधारी नूं दिता होवे, चाहे कोडे राक्ष नूं दिता होवे, जवाब ही दिता है। तो आओ, इस जत्थे का बहुत बहुत धन्यवाद है। साढ़े कोल बहुत ही सत्कारयोग प्यारा सिंह जी सिलसिले वाले पहुंच चुके आ। इन्हां तों पहलां 10 मिनट लई सिर्फ सनमुख होण के जाती साज तैयार करदे आ। साढ़े सत्कारयोग ज्ञानी निर्मल सिंह जी भौर जिहड़ा बहुत ही प्रसिद्ध ढाडी सरंगी और कथावाचक हैं, वो आप जी अगे 10 मिनट लई सनमुख होणगे। जाते मैं प्यारा सिंह जी होरां नूं बेनती करदा कि अपने साज तैयार करन। सारियां संगतां नूं बेनती है कि इसे तरह चुप दा दान करके बख्शो। बेशक दी रब ने अपत मेहर कीती है, फिर भी अगे अरदासा करो यह प्रोग्राम चलता रहे। वाहेगुरु जी का खालसा, वाहेगुरु जी की फतिह। वाहेगुरु वाहेगुरु। कमाले करामात कायम करीम रजा बख्श सतगुरु, गुरु ग्रंथ साहिब जी दी पावन बारगाह विच पवित्र हजूरी विच सज बैठी सतगुरु सरूप सत संगत जी अपने मन दी सांझ फतेह दे सिमरन नाल जोड़दे हुए गुरु ग्रंथ साहिब सच्चे पातशाह जी दे पावन चरणा ते मस्तक चुका के दो हाथ जोड़ के अपनी रसना पवित्र करदे हुए अदब साहित आखो जी अते फतेह दा उत्तर चढ़दी कला विच देण दी कृपालता करदे हुए सारी संगत गज के आखो वाहे गुरु जी का खालसा, वाहे गुरु जी की फतेह। मैं आप संगतां नूं इस उद्यम की लख लख वधाई देना। बड़ा वड्डा उपराला नगर निवासी संगतां वल्लों, NRI वीरां वल्लों, इलाका निवासियां वल्लों, प्रबंधकां वल्लों, सेवादारां वल्लों यह बड़ा वड्डा उपराला किया गया। जिंदगी का महान करम है गुरु नानक देव जी महाराज के अवतार पुरब के संबंध में कीर्तन दरबार कीरत प्रभ की गाओ मेरी रसना, हर कीरत साध संगत है सिर करमन के करमा। जिन्ने भी करम सब तो सिरमौर करम परमेश्वर की कीर्ति करनी, ओदे गुण गाने। समा मेरे को 10 मिनट है, मैं सिर्फ हाजरी भरन वास्ते खड़ा होया। 2 मिनट गुरु नानक देव जी महाराज उन्हां दे संबंध विच विचार करने ने। धन गुरु नानक देव जी महाराज संसार दे ओ रहबर ने जिन्हां ने मानवता नूं इंसानियत नूं एक निरंकार दे नाल जोड़िया, एक परमेश्वर दे नाल जोड़िया। जिहड़े साडे दिल विच वहम भरम सन सतगुरां ने कट दित्ते, चाहे ओ किसी हिंदू दे भरम ने, चाहे वह किसी मुसलमान दे भरम ने, चाहे वह किसी योगी दे भरम ने, किसी कर्मकांडी दे भरम ने, सतगुरां ने एक निरंकार नाल जोड़िया। सत्कारयोग साध संगत जी एक गल चेते रखियो, तुसी गुरसिख बैठे हो प्रभु दे प्यार विच जुड़ के, बेनती यह है कि कर्म कांड भरम साडे दिल विच वस गए, असी सच दे रस्ते तो भुल गए। सतगुरां ने ज्ञान ही यह दिता है ऐ मनुख तेरा जेड़ा कर्म है ना कर्म ओदे विच सच होना चाहिदा है। सच गौर करियो, मेरे बिल्कुल नाल 9 किलोमीटर ते गुरुद्वारा बेर साहिब है जिन्हों अज असी ननकाणा साहिब भी मनदे हां, क्योंकि पाकिस्तान विच बहुत घट जा हुंदा है पर इत्थे हाजरी भरदी दी है। संगतां बेअंत देशां प्रदेशां विचों हाजरियां भरदियां ने। उत्थे गुरुद्वारा अंतरयामता साहिब एक बन्ने पुजारी खड़ा है, एक बन्ने प्रबंधक खड़ा है,
गौर करो जरा, पुजारी कौन है? पुजारी है उस मस्जिद का मौलवी काजी। यह दो पदवियां ने इस्लाम विच, इहदा निर्णा फेर करांगा, पर मैं बेनती करा काजी खड़ा है, एक बन्ने प्रबंधक खड़ा है, वह कौन है? वह दौलत खान नवाब जिहड़ा सुल्तानपुर का नमाज पढ़ रहे सन ते सतगुरु अडोल खड़े रहे। जदों नमाज पढ़ के हटे ते की वेखदे ने भी सतगुरु ते खड़े रहे ने, ना सिजदे विच गए ने ना इहना नमाज नीती है। पुछ लिया हजूर नूं, सतगुरु कहण लगे मैं नमाज नीती है, तुसीं नमाज नहीं नीती। उन्हां कहा कारण, उन्हां कहा मैं मन करके नमाज की नीती है, मेरी नमाज विच सच है, तुहाडे विच सच नहीं, तुसीं नमाज कज़ा कीती। उन्हें आख्या किवें? हजूर कह लगे नमाज पढ़ रहे सी, शरीर इत्थे सी, पर मौलवी अपने घर विच घूम रहा सी, इहदा मन उत्थे घूम रहा सी। वछेरी छोटी है, बची है, घोड़ी ताजी सोई है, घर विच खूही है, खूह विच डिग के उहदा अंत ना हो जाए। दौलत खान कहिंदा महाराज मेरे नाल पढ़ लैंदे, ਇਹ ਤੇ ਚਲੋ ਘਰ ਗਿਆ ਸੀ, ਮੈਂ ਤੇ ਇੱਥੇ ਸੀ। ਸਤਿਗੁਰੂ ਕਹਿਣ ਲੱਗੇ ਤੇ ਘਰ ਹੀ ਗਿਆ ਹੈ, ਆ ਮਸੀਤ ਤੋਂ ਇਹਦਾ 30-40 ਕਰਮਾਂ ਦੂਰ ਘਰ ਹੈ, ਇਹ ਤੇ ਘਰ ਹੀ ਪਹੁੰਚਿਆ ਨਾ 30-40 ਕਦਮਾਂ। ਤੇ ਸਤਿਗੁਰੂ ਕਹਿਣ ਲੱਗੇ ਤੂੰ ਤੇ ਕਾਬਲ ਕੰਧਾਰ ਵਿੱਚ ਤੁਰਿਆ ਫਿਰਦਾ ਸੀ, ਘੋੜੇ ਖਰੀਦਦਾ ਫਿਰਦਾ ਸੀ। ਸਤਿਕਾਰਯੋਗ ਸਾਧ ਸੰਗਤ ਜੀ, ਗੁਰੂ ਜਿਹੜਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਰੈਂਬਰ ਨੇ ਜਿਨ੍ਹਾਂ ਨੇ ਭਰਮ ਦੇ ਛੌੜ ਕੱਟ ਦਿੱਤੇ, ਸਾਡੇ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੱਤਾ। ਖਾਲਸਾ ਜੀ ਬੇਨਤੀ ਕਰਦੇ ਹਾਂ ਬੁਰਾ ਨਾ ਬੁਲਾਇਓ। ਅੱਜ ਸਾਡੀ ਆਦਤ ਕੀ ਹੈ? ਅੱਜ ਸਾਡੀ ਆਦਤ ਇਹ ਹੈ ਕਿ ਜਿਹੜਾ ਗੁਰੂ ਸਾਡੇ ਆਲੇ ਦੁਆਲੇ ਬਹੁਤਾ ਤਾਣਾ ਬਾਣਾ ਬੁਣ ਦੇਵੇ ਨਾ, ਮੱਕੜੀ ਵਾਂਗੂ ਜਾਲਾ ਬੁਣ ਦੇਵੇ, ਫਸਾ ਦੇਵੇ ਉਸ ਜਾਲੇ ਵਿੱਚ, ਅਸੀਂ ਉਹਨੂੰ ਵੱਡਾ ਗੁਰੂ ਮੰਨਦੇ ਹਾਂ। ਇਹ ਬਹੁਤ ਵੱਡਾ ਗੁਰੂ ਜਿਹੜਾ ਸਾਨੂੰ ਜੰਜਾਲ ਵਿੱਚੋਂ, ਭਰਮ ਵਿੱਚੋਂ, ਵਹਿਮ ਵਿੱਚੋਂ, ਤਾਣੇ ਬਾਣੇ ਵਿੱਚੋਂ ਨਿਕਲ ਨਹੀਂ ਦਿੰਦੇ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਸਨ, ਉਹ ਆਪ ਮੁਕਤ ਸਨ, ਤੇ ਜਿੱਧਰੋਂ ਦੀ ਲੰਘੇ ਉਹ ਸਮੁੱਚੀ ਮਾਨਵਤਾ ਨੂੰ, ਸਮੁੱਚੀ ਦੁਨੀਆਂ ਨੂੰ, ਸਮੁੱਚੇ ਸੰਸਾਰ ਨੂੰ, ਚਾਹੇ ਕਿਸੇ ਧਰਮ ਵਿੱਚ ਹੈ, ਕਿਸੇ ਮਜ਼ਹਬ ਵਿੱਚ ਹੈ, ਕਿਸੇ ਰੰਗ ਵਿੱਚ ਹੈ, ਸਤਿਕਾਰਯੋਗ ਸਤਿ ਸੰਗਤ ਜੀ, ਉਹ ਮੁਕਤ ਕਰਦੇ ਚਲੇ ਗਏ, ਆਏ ਇਸੇ ਵਾਸਤੇ ਸਨ। ਸਤਿਗੁਰਾਂ ਦੇ ਚੋਜ, ਸਤਿਗੁਰਾਂ ਦੀਆਂ ਰਹਿਮਤਾਂ, ਸਤਿਗੁਰੂ ਦੀਆਂ ਬਖਸ਼ਿਸ਼ਾਂ, ਉਹਨਾਂ ਨੂੰ ਗਿਣਨਾ ਹੋਵੇ। ਸਤਿਕਾਰਯੋਗ ਸਾਧ ਸੰਗਤ ਜੀ, ਪੂਰੀ ਜ਼ਿੰਦਗੀ ਲੱਗ ਜਾਵੇ, ਸਵਾਸ ਸਵਾਸ ਸਤਿਗੁਰਾਂ ਦੇ ਗੁਣ ਗਾਉਂਦੇ ਰਹੀਏ, ਅਸੀਂ ਕਦੇ ਵੀ ਉਹਨਾਂ ਦੇ ਗੁਣਾਂ ਨੂੰ ਗਾ ਨਹੀਂ ਸਕਦੇ। ਸਤਿਗੁਰੂ ਰਹਿਮਤ ਕਰਨ, ਮੈਂ ਖਿਮਾ ਮੰਗਾ ਆਪ ਤੋਂ, ਕਿਉਂਕਿ ਮੇਰੇ ਬਹੁਤ ਸਤਿਕਾਰਯੋਗ ਜਥਾ ਜਿਨ੍ਹਾਂ ਨੇ ਸਤਿਗੁਰਾਂ ਦੀ ਉਸਤਤ, ਸਤਿਗੁਰਾਂ ਦਾ ਜਸ, ਸਤਿਗੁਰਾਂ ਦੀ ਕੀਰਤੀ, ਗੁਰਬਾਣੀ ਦਾ ਕੀਰਤਨ, ਸਤਿਗੁਰਾਂ ਦੇ ਚੋਜ, ਗੁਰ ਇਤਿਹਾਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਮੈਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਹੈ। ਸਤਿਗੁਰੂ ਰਹਿਮਤ ਕਰਨ, ਆ ਮੌਸਮ ਕੁਛ ਖਰਾਬ ਹੋਇਆ ਹੈ, ਤੇ ਗੁਰੂ ਚਰਨਾਂ ਵਿੱਚ ਸਾਰੇ ਅਰਦਾਸ ਕਰੀਏ, ਜਿਸ ਆਨੰਦ ਵਿੱਚ ਆਪਾਂ ਬੈਠੇ ਹਾਂ ਨਾ, ਇਹ ਆਨੰਦ ਬੜੇ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ, ਬੜੇ ਵੱਡਾ ਭਾਗਾਂ ਨਾਲ ਸਤਿਗੁਰਾਂ ਨੇ ਇਹ ਆਨੰਦ ਸਾਨੂੰ ਬਖਸ਼ਿਸ਼ ਕੀਤਾ ਹੈ, ਤੇ ਸਤਿਗੁਰੂ ਕਿਰਪਾ ਕਰਨ, ਸਮਾਂ ਜਿਹੜਾ ਹੈ, ਮੌਸਮ ਜਿਹੜਾ ਹੈ, ਉਹ ਸਾਥ ਦੇਵੇ, ਇਸੇ ਤਰ੍ਹਾਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਆਨੰਦ ਮਾਣ ਸਕੀਏ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਸਤਿਗੁਰੂ ਕਿਰਪਾ ਕਰਨ, ਤੇ ਸਤਿਕਾਰਯੋਗ ਸਾਧ ਸੰਗਤ ਜੀ, ਮੇਰੇ ਵੱਲੋਂ ਅਰਦਾਸ ਵੱਲੋਂ ਇਸ ਸਮਾਗਮ ਵਿੱਚ ਛੋਟਾ ਜਿਹਾ ਹਿੱਸਾ, 500 ਰੁਪਇਆ ਮੈਂ ਪ੍ਰਬੰਧਕ ਵੀਰਾਂ ਨੂੰ ਹਾਜ਼ਰ ਕਰਦਾ ਹੈ, ਇਹ ਲੇਖੇ ਵਿੱਚ ਲੱਗ ਜਾਵੇ। ਸਤਿਗੁਰੂ ਕਿਰਪਾ ਕਰਨ, ਉਪਰਾਲਾ ਬੜਾ ਵੱਡਾ ਤੁਸੀਂ ਕੀਤਾ ਹੈ, ਤੇ ਇਹ ਵੀ ਅਰਦਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਇਹਨੂੰ ਵੀ ਵੱਧ ਚੜ੍ਹ ਕੇ ਤੁਹਾਡੇ ਤੇ ਮਿਹਰ ਬਖਸ਼ਿਸ਼ ਕਰਨ। NIRI ਵੀਰ ਪ੍ਰਦੇਸ਼ਾਂ ਵਿੱਚ ਜਿਹੜੇ ਬੈਠੇ ਨੇ, ਲਗਾਓ ਇੱਥੇ ਹੈ, ਮਨ ਇੱਥੇ ਹੈ, ਉਹਨਾਂ ਦੀ ਵੀ ਸੇਵਾ ਹਾਜ਼ਰ ਹੋਈ ਹੈ। ਸਤਿਗੁਰੂ ਉਹਨਾਂ ਤੇ ਵੀ ਰਹਿਮਤਾਂ ਬਖਸ਼ਿਸ਼ ਕਰਨ, ਨਗਰ ਤੇ ਰਹਿਮਤਾਂ ਬਖਸ਼ਿਸ਼ ਕਰਨ, ਇਲਾਕੇ ਵਿੱਚ ਸੁੱਖ ਸ਼ਾਂਤੀ ਵਰਤਾਉਣ, ਚੜ੍ਹਦੀ ਕਲਾ ਸਤਿਗੁਰੂ ਬਖਸ਼ਿਸ਼ ਕਰਨ, ਆਪਣੇ ਨਾਲ ਜੋੜ ਕੇ ਰੱਖਣ, ਸਿਮਰਨ ਵਿੱਚ ਜੋੜ ਕੇ ਰੱਖਣ, ਸਿੱਖੀ ਜੀਵਨ ਬਖਸ਼ਿਸ਼ ਕਰਨ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
बहुत बहुत धन्यवाद जी। वाहेगुरु जी का खालसा वाहेगुरु जी। वाहिगुरु थोड़ी सार्प घट कर दो थोड़ी, वाहिगुरु वाहिगुरु मिनटों कर दो थोड़ी बद, वाहिगुरु 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 थोड़ी हारमोनियम की आवाज वाहिगुरु वाहिगुरु Thank you.
साहेब जीओ महाराज ऊचे अपार बेअंत स्वामी कौन जाने गुण तेरे कौन जाने गुण तेरे गावते उदरिया जिन्नी दर्शन पाया जिन्नी तुदनो तन कहया तिन जम नेड़ना आया करियो जी कृपा सारे जिन्नी तुदनो तन कहया तेन जम नेड़ ना आया प्यारे तेन जम नेड़ ना आया तेन तेन जम जम नेड़ वाहे
वाहेगुरु 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 सारे अखा बंद करो चौंकड़े ला के समाधि विच सजो पूरा पूरा लाहा लिए कोई भी रसना वांझी ना रवे वाहेगुरु 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 जी ए भगती वाहेगुरु वाहेगुरु जी वाहेगुरु 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 तेन जम नेड़ ना आया तेन जम नेड़ ना आया जम नेड़ ना आया बोलो जी तेन जम नेड़ ना भैणा जिन्नी तुगनो तन कहया 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 वाहेगुरु 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 जी वाहेगुरु जी वाहेगुरु 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 तारे आ जहान लहे आ अवमान जिन्नी दर्शन पाया जिन्नी तुदनो तन कहया जिन्नी तुदनो तन कहया तेन जम नेड़ ना आया माही ननकाने दा
करियो कृपा सारे माही ननकाने दा दुनिया नो पार में आया जग में परवरियो निरंकार आकार ज्योत जग मंडल करियो सतगुर नानक प्रगटया मिटी धुंध जग चानन हुआ ज्यों कर सूरज निकलिया तारी छपी अंधेर पलोआ सुनी पुकार दातार प्रभु गुरु नानक जग माहे पठाया कलमल होई मेद नी अरदास करे लिवलाए सच्चा सुनिया कन दे धीरक देवे सहज सिपाही दूर नेड़े चल के सतगुरु जी के पावन पवित्र चरणा विच तन करके जुड़िया क्योंकि आ जिहड़ियां घड़ियां सुभागियां ने यह भागां वालियां घड़ियां ने यह मैं नहीं कहिंदा महाराज दी गुरबाणी कहिंदी साई घड़ी सुलखणी सह नाल विहावे महाराज कहिंदे ओ घड़ी सुलखणी आ भागां वाली जेड़ी घड़ी मालक दे प्रेम विच लंघदे आखो सतनाम आ घड़ियां भागां वालियां बन जाण सुन बड़ भागी आ हर अमृत बाणी राम जिन को कर्म लिखी ते सिरदै समाणी राम अकथ कहानी तिनी जानी जिस आप प्रभु कृपा करे अमृत पीया फिरना मुआ कल कलेशां दुख हरे भागां वालियां घड़ियां ने तन करके आया जी मन करके हाजरियां लाओ दोवें हाथ जोड़ के मन हाजिर करके सीस नवा के इको बारी कहण ते सारे गज के आखो जी वाहिगुरु जी का खालसा वाहिगुरु जी की फतेह। मैनू प्रेम वाले कहिंदे बाबा जी पहली बारी आरंभ करिया प्रोग्राम आ जिहड़ा प्रोग्राम पर मैं वेख रहा भी तुहाडी एकाग्रता इदां लगदी है जिवें कई सालां दा तुहाडा सुभाअ पक्किया सतसंगत करन दा नहीं तो बड़िया थावां ते हाजरी भरदिया लोकी पंडाल तो बाहर मेला बनाई फिरदे हुंदे ने कोई सज्जे कोई खब्बे पर महाराज कहिंदे जिन्हां दा कर्म जागे महाराज हलूणा दे के सद लिआउंदे ने वी आ जा तेरा मेले वाला कर्म जागया आके चौंकड़ा मार के बह जा
ਸਮਾਧੀ ਵਿੱਚ ਬਹਿ ਕੇ ਲਾਹਾ ਲੈ ਲਾ, ਤੇਰੀ ਹਾਜ਼ਰੀ ਦਰਗਾਹ ਤੱਕ ਲੱਗ ਜਾਣੀ ਹੈ। ਆਖੋ ਸਤਨਾਮ ਸ੍ਰੀ ਵਾਹ, ਕਿਉਂਕਿ ਘਰਾਂ ਵਿੱਚ ਬਹਿ ਜਾਂਦੇ ਆ ਸਾਡੇ ਫਿਕਰ ਨਹੀਂ ਮੁੱਕਦੇ, ਸਾਡੇ ਦੁੱਖ ਨਹੀਂ ਮੁੱਕਦੇ, ਵਾਧੇ ਘਾਟੇ ਲੈਣੇ ਦੇਣੇ ਦੇ ਉਹ ਫਿਕਰ ਵੱਢ ਵੱਢ ਖਾਂਦੇ ਨੇ ਭਾਈ। ਇੱਥੇ ਜੇ ਬਹਿੰਦੇ ਆ ਨਾ, ਇਹ ਆਨੰਦ ਦਾ ਘਰ ਆ, ਇਹ ਸੁੱਖਾਂ ਦਾ ਘਰ ਆ, ਗੁਰੂ ਨਾਨਕ ਦਾ ਦਰਬਾਰ ਇਹ ਸੁੱਖਾਂ ਦਾ ਦਰ ਆ। ਭਾਗਾਂ ਵਾਲੇ ਕਹਿੰਦੇ ਨੇ ਇਸ ਦਰ ਦੇ ਬਰਾਬਰ ਕੋਈ ਡਰੇ ਨਹੀਂ। ਆਖੋ ਸਤਨਾਮ ਸ੍ਰੀ ਵਾਹ, ਜਦੋਂ ਇੱਥੇ ਭਾਵਨਾ ਖੜ ਗਈ ਨਾ ਵੀ ਮੇਰੇ ਮਾਲਕ ਵਰਗਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗਾ, ਇਹ ਗੁਰਬਾਣੀ ਦਾ ਫੈਸਲਾ ਹੈ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਸਾਰਿਆਂ ਤੋਂ ਉੱਚੇ ਦਾ ਭਾਵ ਇਹੀ ਆ ਵੀ ਨਾਮ ਤੁਲ ਕਾ ਸਬਰ ਨਾ ਹੋਏ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਮਹਾਰਾਜ ਕਹਿੰਦੇ ਨੇ ਪਰਮੇਸ਼ਰ ਜੀ ਦਾ ਨਾਮ ਇਹ ਅਮੋਲਾ ਹੈ, ਇਹਦੀ ਕੀਮਤ ਕੋਈ ਲਾ ਨਹੀਂ ਸਕਦਾ। ਠੀਕ ਆ, ਅਸੀਂ ਸਹਿਜ ਪਾਠ ਕਰਾ ਦਿੰਦੇ ਹਾਂ, ਭਾਈ ਜੀ ਨੂੰ ਕਹਿੰਦੇ ਹਾਂ ਲੈ ਬਾਬਾ ਜੀ ਤੇਰੀ ਭੇਟਾ, ਇਹ ਨਹੀਂ ਕਹਿੰਦੇ ਤੇਰੀ ਗੁਰਬਾਣੀ ਦਾ ਮੁੱਲ ਨਹੀਂ ਹੈ, ਤੇਰੀ ਭੇਟਾ, ਉਹ ਤੇਰੀ ਸ਼ਰਧਾ ਹੁੰਦੀ ਹੈ, ਭਾਵੇਂ 3100 ਦੇ ਦੇ ਭਾਵੇਂ 5100 ਦੇ ਦੇ, ਉਹ ਤੇਰੀ ਸ਼ਰਧਾ ਹੈ, ਉਹ ਤੇਰੀ ਭੇਟਾ ਹੀ ਆ। ਜੇ ਕਹੀਏ ਮੈਂ ਗੁਰਬਾਣੀ ਦਾ ਮੁੱਲ ਦਿੱਤਾ ਇਹ ਸਾਡਾ ਭੁਲੇਖਾ। ਆਖੋ ਸਤਨਾਮ ਸ੍ਰੀ ਵਾਹ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮੱਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ। ਭਾਗਾਂ ਵਾਲੇ ਨੇ ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਦਾ ਦੀਵਾ ਜਗਿਆ ਉਹ ਫਿਰ ਮਹਾਰਾਜ ਦੇ ਚਰਨਾਂ ਵਿੱਚ ਆ ਜਾਂਦੇ ਨੇ। ਮੇਲੇ ਵਾਲਾ ਕਰਮ ਜਾਗੇ ਤਾਂ ਆਇਆ ਜਾਂਦਾ, ਨਹੀਂ ਤੇ ਬੜੇ ਲੋਕੀ ਨੇ ਗੁਰਦੁਆਰਾ ਸਾਹਿਬ ਦੇ ਅੱਗੇ ਮੋਟਰਸਾਈਕਲ ਭਜਾ ਕੇ ਲੰਘ ਜਾਂਦੇ ਨੇ, ਪਤਾ ਵੀ ਨਹੀਂ ਲੱਗਦਾ ਕਦੋਂ ਲੰਘਿਆ ਗੁਰੂ ਘਰ। ਕੋਈ ਸੱਜੇ ਗੱਡੀ ਭਜਾ ਕੇ ਲੰਘ ਜਾਂਦਾ, ਕੋਈ ਖੱਬੇ। ਮੈਂ ਵੇਖੇ ਨੇ ਆਪਣੀ ਜ਼ਿੰਦਗੀ ਵਿੱਚ ਇੱਦਾਂ ਦੇ ਲੋਕ ਜਿਹੜੇ ਗੁਰੂ ਘਰ ਆਇਆ ਜਿਹੜੇ ਸਿਰ ਵੀ ਨਹੀਂ ਚੁਕਾਉਂਦੇ, ਭਾਈ ਕਾਹਦੀ ਆਕਲ ਲਈ ਫਿਰਦਾ ਫਿਰ ਤੂੰ ਮਨ ਵਿੱਚ, ਕਾਹਦਾ ਮਾਣ ਲਈ ਫਿਰਦਾ। ਫਿਰ ਮੈਂ ਇੱਦਾਂ ਦੇ ਬੰਦੇ ਵੇਖੇ ਨੇ ਜਿਹੜੇ ਗੁਰੂ ਘਰ ਦੇ ਅੱਗੇ ਸਿਰ ਨਹੀਂ ਚੁਕਾਉਂਦੇ, ਜਦੋਂ ਅਟੈਕ ਹੋ ਜਾਂਦਾ ਨਾ ਅਟੈਕ, ਐਂਬੂਲੈਂਸ ਵਿੱਚ ਪਾ ਕੇ ਲੈ ਜਾਂਦੇ ਨੇ, ਫਿਰ ਨੀ ਪਤਾ ਲੱਗਦਾ ਵੀ ਕਿਹੜਾ ਨਗਰ ਲੰਘ ਗਿਆ, ਕਿਹੜਾ ਪਿੰਡ ਲੰਘ ਗਿਆ, ਕਿਹੜਾ ਗੁਰੂ ਘਰ ਲੰਘਿਆ। ਇਹ ਕਰਮਾਂ ਦੀ ਮਾਰ ਆ। ਆਖੋ ਸਤਨਾਮ ਸ੍ਰੀ ਵਾਹ, ਜਿੰਨਾ ਚਿਰ ਆ ਨੈਣ ਪ੍ਰੈਣ ਚੱਲਦੇ ਨੇ ਮਨ ਨੀਵਾਂ ਰੱਖਿਆ ਕਰ, ਮਨ ਨੀਵਾਂ। ਆ ਮਾਲਕ ਦਾ ਦਰਬਾਰਾ, ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰ। ਮਹਾਰਾਜ ਕਹਿੰਦੇ ਪ੍ਰਭੂ ਦਾ ਸਿਮਰਨ ਉੱਚਾ, ਆਪਾਂ ਵਾਹਿਗੁਰੂ 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 ਸਿਮਰਨ ਕੀਤਾ ਨਾ, ਇਹ ਸਭ ਤੋਂ ਉੱਚਾ ਹੈ। ਮਹਾਰਾਜ ਕਹਿੰਦੇ ਨੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਜਾਂ ਫਿਰ ਮਹਾਰਾਜ ਮੋਹਰ ਲਾਉਂਦੇ ਨੇ ਅਤ ਉੱਚਾ ਤਾਂਕਾ ਦਰਬਾਰ, ਅੰਤ ਨਹੀਂ ਕਿਛ ਪਾਰਾ ਵਾਰ। ਤੀਜੀ ਜਿਹੜੀ ਨਿਸ਼ਾਨੀ ਆ ਨਾ, ਮਹਾਰਾਜ ਕਹਿੰਦੇ ਸਭ ਤੋਂ ਉੱਚੇ ਜਾਣੀ ਹੈ ਨਾਨਕ ਨਾਮ, ਜਿਨ੍ਹਾਂ ਦਾ ਨਾਮ ਨਾਲ ਪ੍ਰੇਮ। ਮਨਾਂ ਅੰਦਰ ਝਾਤੀ ਮਾਰਿਓ, ਸਾਡਾ ਪ੍ਰੇਮ ਤੇ ਧੀਆਂ ਪੁੱਤਰਾਂ ਤੱਕ ਸੀਮਤ ਆ ਭਾਈ, ਦੁਨਿਆਵੀ ਸੁੱਖਾਂ ਤੱਕ ਸੀਮਤ ਆ, ਕਈ ਖਾਣ ਪੀਣ ਤੱਕ ਹੀ ਸੀਮਤ ਨੇ। ਬਾਬਾ ਜੀ ਆ ਜਗ ਮਿੱਠਾ, ਅੱਗੇ ਕਿਹਨੇ ਡਿੱਠਾ, ਖਾਓ ਪੀਓ ਮੌਜਾਂ ਕਰੋ, ਇਹ ਤੇ ਐਵੇਂ ਗੱਲਾਂ ਬਣਾਈਆਂ ਨੇ, ਇਹ ਤੇ ਐਵੇਂ ਡਰਾਉਂਦੇ ਨੇ ਬਾਬੇ ਕਹਿ ਕਹਿ ਕੇ। ਨਹੀਂ, ਬਾਬਾ ਕਬੀਰ ਜੀ ਕਹਿੰਦੇ ਨੇ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ, ਇਹ ਡਰਾਬਾ ਨਹੀਂ ਇਹ ਸੱਚ ਹੈ, ਇਹ ਗੁਰਬਾਣੀ ਦਾ ਗਿਆਨ ਆ। ਸਾਨੂੰ ਪੱਲੇ ਬੰਨਣਾ ਪੈਣਾ, ਚੰਗੇ ਆਈਆਂ ਬੁਰੇ ਆਈਆਂ ਬਾਚੈ ਧਰਮ, ਚੰਗੇ ਕਰਮ ਕਿੰਨੇ ਨੇ, ਮਾੜੇ ਕਰਮ ਕਿੰਨੇ ਨੇ, ਔਗਣ ਕਿੰਨੇ ਨੇ, ਗੁਣ ਕਿੰਨੇ ਨੇ, ਇਹ ਬਾਚੇ ਜਾਣਗੇ। ਕੀ ਖੱਟ ਕੇ ਆਇਆ, ਕੀ ਗਵਾ ਕੇ ਆਇਆ, ਆ ਧੰਨ ਗੁਰੂ ਨਾਨਕ ਜੀ ਦਾ ਆਉਣਾ ਇਹ ਸਾਡੇ ਭਾਗਾਂ ਦੀ ਗੱਲ ਆ, ਭਾਗਾਂ ਦੀ ਗੱਲ। ਜਿਹਦਾ ਭਾਗ ਜਾਗਿਆ ਚੱਲ ਕੇ ਆ ਗਿਆ, ਪ੍ਰੇਮ ਵਾਲੇ ਤੇ ਮਹੀਨਾ ਮਹੀਨਾ ਪਹਿਲਾਂ ਹੀ ਭੱਜੇ ਫਿਰਦੇ ਨੇ ਪਹਿਲਾਂ ਹੀ। ਪਰ ਮੈਨੂੰ ਮਾਫ ਕਰਿਓ, ਕਈ ਏਦਾਂ ਦੇ ਤੁਹਾਡੇ ਆਂਢੀ ਗੁਆਂਢੀ ਹੋਣਗੇ
ਜਿਹੜੇ ਅੱਜ ਵੀ ਠੇਕਿਆਂ ਤੇ ਹੋਣਗੇ ਆਖੋ ਸਦਨਾ ਸ੍ਰੀ ਵਾਹਿਗੁਰੂ ਅੱਜ ਵੀ ਆ ਘੰਟਾ ਲੰਘ ਜਾਣਾ ਸਮਾਪਤੀ ਹੋ ਜਾਣੀ ਆ ਰਾਤ ਲੰਘ ਜਾਣੀ ਆ ਸਵੇਰੇ ਤੁਹਾਨੂੰ ਪੁੱਛਣਗੇ ਓਏ ਕਾਹਦਾ ਰੌਲਾ ਜਿਹਾ ਪੈਂਦਾ ਸੀ ਏਦਾਂ ਕਹਿਣਗੇ ਤੁਹਾਨੂੰ ਨਾਲੇ ਕਹਿਣਗੇ ਕੌਣ ਸੀ ਕੀਰਤਨੀ ਆ ਗਾਉਂਦਾ ਮਿੱਠਾ ਸੀ ਨਾਲੇ ਨਾਲੇ ਪਤਾ ਬਈ ਗੁਰੂ ਦੀ ਬਾਣੀ ਮਿੱਠੀ ਆ ਪੁੱਛਣਗੇ ਬਈ ਪੰਡਾਲ ਲਾਇਆ ਸੀ ਕਾਹਦਾ ਰੌਲਾ ਜਿਹਾ ਪੈਂਦਾ ਕਰਮਾਂ ਦੀ ਮਾਰ ਜਦੋਂ ਪੈਂਦੀ ਆ ਬੰਦਾ ਰੌਲਾ ਹੀ ਦੱਸਦਾ ਭਾਈ ਰੌਲਾ ਹੀ ਭਾਗਾਂ ਵਾਲਿਆਂ ਨੂੰ ਗੁਰਬਾਣੀ ਮਿੱਠੀ ਲੱਗਣ ਲੱਗ ਪੈਂਦੀ ਆ ਪ੍ਰੇਮ ਵਾਲਾ ਕਹਿੰਦਾ ਮਾਲਕਾ ਜੱਗ ਦੀ ਪਰਵਾਹ ਨਹੀਂ ਤੇਰੀ ਕਿਰਪਾ ਮਿਲੇ ਤੇਰੀ ਆਂਢੀ ਗੁਆਂਢੀ ਭਾਵੇਂ ਬੁਲਾਉਣ ਤੇ ਭਾਵੇਂ ਨਾ ਬੁਲਾਉਣ ਮਹਾਰਾਜ ਸਾਕ ਕਬੀਲੇ ਵਾਲੇ ਭਾਵੇਂ ਬਰਕਰਾਰ ਰੱਖਣ ਤੇ ਭਾਵੇਂ ਨਾ ਰੱਖਣ ਜਿਹੜਾ ਮਾਲਕ ਦਾ ਬਣ ਗਿਆ ਨਾ ਮਾਲਕ ਦਾ ਜਿਹਨੇ ਗੁਰੂ ਨੂੰ ਆਪਣਾ ਜਾਣਿਆ ਜਿਹੜਾ ਧਰਮ ਦੇ ਰਾਹ ਤੇ ਤੁਰਦਾ ਬਾਗੀ ਆ ਬਾਗੀ ਸਾਡੇ ਲਈ ਬਾਗੀ ਦਾ ਭਾਵ ਕੀ ਆ ਬਈ ਆਪਾਂ ਕਿਹਨੂੰ ਬਾਗੀ ਕਹਿੰਦੇ ਹਾਂ ਜਿਹੜਾ ਲੜਦਾ ਫਿਰੇ ਜਿਹੜਾ ਡਾਂਗਾ ਚੁੱਕੀ ਫਿਰੇ ਨਹੀਂ ਬਾਗੀ ਉਹ ਆ ਜਿਹੜਾ ਅੱਗ ਦੀ ਤੇ ਜੱਗ ਦੀ ਪਰਵਾਹ ਨਾ ਕਰੇ ਆਖੋ ਸਤਨਾਮ ਉਹ ਕਹਿੰਦਾ ਮਾਲਕਾ ਜੱਗ ਦੀ ਪਰਵਾਹ ਨਹੀਂ ਤੇਰੀ ਕਿਰਪਾ ਮਿਲੇ ਤੇਰੇ ਦਰ ਘਰ ਦਾ ਪ੍ਰੇਮ ਜਾਗੇ ਆ ਪ੍ਰੇਮ ਦਾ ਦੀਵਾ ਜਿਨ੍ਹਾਂ ਨੇ ਜਗਾਇਆ ਉਹ ਚੱਲ ਕੇ ਆਉਂਦੇ ਨੇ ਆਖੋ ਸਤਨਾਮ ਆ ਬੈਠੇ ਨੇ ਮੇਰੇ ਪਿਆਰ ਵਾਲੇ ਸਾਰੇ ਮਾਲਕ ਸੱਦ ਲੈਂਦੇ ਨੇ ਆ ਜਾ ਆ ਮਨੁੱਖਾ ਜਨਮ ਵਾਰ ਵਾਰ ਨਹੀਂ ਮਿਲਣਾ ਮਾਲਕ ਦੇ ਚਰਨਾਂ ਵਿੱਚ ਆਇਆ ਕਰ ਅਰਦਾਸ ਕਰਿਆ ਕਰ ਮਾਲਕ ਜੀ ਮੇਲਾ ਹੋ ਜੇ ਆਖੋ ਸਤਨਾਮ ਕਿਉਂਕਿ ਵਿਛੜੇ ਪਏ ਆ ਕਿਰਤ ਕਰਮ ਕੇ ਵਿਛੜੇ ਖੋਟਿਆਂ ਕਰਮਾਂ ਕਰਕੇ ਮਾੜੇ ਕਰਮਾਂ ਕਰਕੇ ਉਸ ਮਾਲਕ ਦੇ ਦਰ ਤੋਂ ਵਿਛੜ ਜਾਂਦੇ ਆ ਜਿਹੜਾ ਵਿਛੜ ਗਿਆ ਜਿਹਨੇ ਪ੍ਰੇਮ ਦਾ ਦੀਵਾ ਬੁਝਾਇਆ ਹਨੇਰਾ ਹੀ ਆ ਹਨੇਰਾ ਹੀ ਜਿਹੜੇ ਘਰ ਵਿੱਚ ਲਾਈਟ ਨਾ ਜਗੇ ਹਨੇਰਾ ਜਿਹੜਾ ਬੰਦਾ ਕਦੇ ਵਾਹਿਗੁਰੂ ਨਹੀਂ ਕਹਿੰਦਾ ਉਹਦੇ ਹਿਰਦੇ ਰੂਪੀ ਘਰ ਵਿੱਚ ਹਨੇਰਾ ਹੀ ਆ ਆਖੋ ਸਤਨਾਮ ਆ ਧੰਨ ਗੁਰੂ ਨਾਨਕ ਜੀ ਆਏ ਨੇ ਮਿੱਟੀ ਧੁੰਦ ਜੱਗ ਚਾਨਣ ਹੋਆ ਗਿਆਨ ਦਾ ਚਾਨਣ ਹੋ ਗਿਆ ਪ੍ਰੇਮ ਵਾਲਿਆਂ ਨੂੰ ਚਾਹ ਚੜ ਜਾਂਦਾ ਉੱਤੇ ਸਦਾ ਕਹਿੰਦੇ ਨੇ ਮਾਲਕਾ ਜੀ ਮੁੱਖ ਦੁਨੀਆ ਮੋੜ ਲਵੇ ਮਾਲਕਾ ਤੇਰੀ ਕਿਰਪਾ ਮਿਲੇ ਸਾਈਆਂ ਤੂੰ ਮੁੱਖੜਾ ਨਾ ਮੋੜੀ ਮੋੜੀ ਮੁੱਖ ਦੁਨੀਆ ਮੁੱਖ ਦੁਨੀਆ ਮੋੜ ਲਵੇ ਇੱਕ ਤੂੰ ਮੁੱਖੜਾ ਨਾ ਮੋੜੀ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁੱਖੜਾ ਨਾ
ਪ੍ਰੀਤੀ ਨੂੰ ਸਾਡੀ ਲੱਗੀ ਪ੍ਰੀਤੀ ਨੂੰ ਲੱਗੀ ਪ੍ਰੀਤੀ ਨੂੰ ਲੱਗੀ ਪ੍ਰੀਤੀ ਨੂੰ ਲੱਗੀ ਪ੍ਰੀਤੀ ਨੂੰ ਸਾਡੀ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐ ਮੇਨਾ ਲੱਗੀ ਪ੍ਰੀਤੀ ਨੂੰ ਸਾਈਆਂ ਤੂੰ ਐ ਮੇਨਾ ਤੋੜੀ ਮਾਲਕਾ ਜੱਗ ਦੀ ਪਰਵਾਹ ਨਹੀਂ, ਬਸ ਤੇਰੀ ਕਿਰਪਾ ਮਿਲੇ ਤੇਰੀ। ਅੱਛਾ ਜੀ, ਕਈ ਵਾਰੀ ਕਹਿਣ ਵਾਲੇ ਕਹਿ ਵੀ ਦਿੰਦੇ ਨੇ, ਇਹ ਵੀ ਸੁਣਿਓ, ਕਹਿੰਦੇ ਜੀ ਰੱਬ ਤੇ ਮੁਖੜਾ ਕਦੇ ਮੋੜਦਾ ਹੀ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਕਿਹਾ ਭਾਈ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ। ਇਹ ਨਦਰ ਆ, ਇਹ ਨਦਰ ਦੋ ਤਰ੍ਹਾਂ ਦੀ ਆ, ਸਵੱਲੀ ਹੋ ਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਮਾਲਕ ਮੇਰਾ ਦੀ ਨਦਰ ਕਰ ਦੇਵੇ ਲੱਖਾਂ ਪਾਤਸ਼ਾਹੀਆਂ ਮਿਲਦੀਆਂ। ਜੇ ਨਦਰੋਂ ਪੱਠੀ ਹੋ ਜੇ ਨਾ, ਨਦਰੋਂ ਪੱਠੀ, ਮਹਾਰਾਜ ਕਹਿੰਦੇ ਨੇ ਹਰ ਕੀ ਗਤ ਨਹਿ ਕਹੂ ਜਾਣੈ ਜੋਗੀ ਜਤੀ ਤੱਪੀ ਪਛਾਰੇ ਅਰਬੋ ਲੋਕ ਸਿਆ। ਉਹ ਮਾਲਕ ਦੇ ਰੰਗ ਨੇ, ਉਹਦੀਆਂ ਖੇਡਾਂ ਨੂੰ ਕੋਈ ਜਾਣ ਨਹੀਂ ਸਕਦਾ। ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਮਾਲਕ, ਇਹ ਮੈਂ ਨੀ ਕਹਿੰਦਾ, ਮਹਾਰਾਜ ਦੀ ਗੁਰਬਾਣੀ ਕਹਿੰਦੀ ਆ, ਛਿਨ ਮੈਂ ਰਾਉ ਰੰਗ ਕਉ ਕਰਈ। ਇੱਕ ਛਿਨ ਵਿੱਚ ਕਹਿੰਦੇ ਰਾਜਾ ਬਣਾ ਦਿੰਦਾ ਮਾਲਕ ਭਿਖਾਰੀ ਨੂੰ ਰਾਜਾ। ਆ ਵੇਖ ਲਓ ਮੀਡੀਆ ਵਿੱਚ ਕਿੰਨੀਆਂ ਖਬਰਾਂ, 1.5 ਕਰੋੜ ਦੀ ਲਾਟਰੀ ਨਿਕਲੇ ਆਈ ਜੀ, ਕਿਹਨੂੰ? ਦਿਹਾੜੀਆਂ ਕਰਨ ਵਾਲੇ ਨੂੰ, ਕੁੱਲੀਆਂ ਵਿੱਚ ਰਹਿਣ ਵਾਲੇ ਨੂੰ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਇਹ ਮਾਲਕ ਦੀ ਮਹਿਮਾ, ਇਹ ਮਾਲਕ ਦੀ ਦਇਆ। ਛਿਨ ਮੈਂ ਰਾਉ ਰੰਗ ਕੋ ਕਰਈ, ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਜਹਿ ਤਾਂ ਕੋ ਵਿਵਹਾਰੇ। ਕਹਿੰਦੇ ਖਾਲੀਆਂ ਨੂੰ ਭਰ ਦਿੰਦਾ ਇੱਕ ਛਿਨ ਵਿੱਚ, ਰਾਤੋ ਰਾਤ ਕਿਰਪਾ ਹੋ ਜਾਂਦੀ ਹੈ। ਤੇ ਰਾਜਿਆਂ ਨੂੰ ਭਿਖਾਰੀ ਬਣਦਿਆਂ ਦੇਰ ਨੀ ਲੱਗਦੀ, ਆਖੋ ਸਤਨਾਮ। ਆ ਜਦੋਂ ਵੋਟਾਂ ਲੰਘ ਕੇ ਗਈਆਂ ਨੇ, ਪਤਾ ਹੀ ਆ ਰਾਜੇ ਭਿਖਾਰੀ ਬਣਦਿਆਂ ਮਿੰਟ ਲੱਗਿਆ ਨੀ ਭਾਈ, ਕਿਵੇਂ ਤੁਹਾਡੇ ਅੱਗੇ ਹੱਥ ਜੋੜਦੇ ਫਿਰਦੇ ਹੁੰਦੇ ਨੇ, ਪਤਾ ਹੀ ਆ ਨਾ। ਰਾਜਾ ਭਿਖਾਰੀ ਬਣ ਜਾਂਦਾ ਜੇ ਨਦਰੋਂ ਪੱਠੀ ਹੋ ਜੇ ਸੁਲਤਾਨਾ ਕਾਹੋ ਕਰਾਏ ਦਾ। ਇੱਥੇ ਹੀ ਬਸ ਨਹੀਂ, ਮਹਾਰਾਜ ਕਹਿੰਦੇ ਦਰ ਮੰਗਣ ਭਿੱਖ ਨਾ ਪਾਏ। ਕਹਿੰਦੇ ਰਾਜਿਆਂ ਨੂੰ ਘਾਹ ਖੋਤਣ ਲਾ ਦਿੰਦਾ ਮਾਲਕ, ਮੰਗਦਿਆਂ ਨੂੰ ਭੀਖ ਨਸੀਬ ਨਹੀਂ ਹੁੰਦੀ। ਪਰਾ ਭਾਗਾਂ ਵਾਲੀਆਂ ਘੜੀਆਂ ਨੇ, ਮਾਲਕ ਜੀ ਦੇ ਚਰਨਾਂ ਵਿੱਚ ਆਉਣਾ, ਧੰਨ ਗੁਰੂ ਨਾਨਕ ਜੀ ਦਾ ਅਵਤਾਰ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ। ਕਹਿੰਦੇ ਧਰਤੀ ਮਾਂ ਨੇ ਪੁਕਾਰਾਂ ਕੀਤੀਆਂ, ਮਾਲਕ ਜੀ
कलमल होई मेद नहीं अरदास करे ले बुलाए मालका मैं बड़ी दुखी हाँ धरती मां पुकारा कर दी है मेरे को भार नहीं झलिया जाता आकाशवाणी होंगी है धरती है कादा भार पहाड़ा का घटा दने जे बनस्पति का भार आ रुखा का भार आ घटा दने धरती मां कहती मालका ना तिस भारे पर्वतां भाई गुरदास जी कहते पर्वतां का भार नहीं रुखां दा भार नहीं फिर भार कादा अपने मन अंदर झाती मारियो धरती मां पुकारा करके कहती मालका मन मुखां दा भार नहीं झलिया जांदा आखो सतनाम जेडे कहिंदे रब है ही नहीं जेडे मुनकर हो गए जेडे मनमुख बन गए जेडे तेरा नाम नहीं जपते जेडे तेरी बंदगी नहीं करते उन्हां दा भार नहीं झलिया जांदा कलमल होई मेद नहीं अरदास करे लिवलाए सच्चा सुनिया कन दे अकाल पुरख वाहिगुरु ने ध्यान ला के सुन ली पुकार धरती मां दी धीरक देवे सहज सुभाए धीरज दे के कहा धरतीए डोली ना मैं बड़े पीर पकंबर औलीए कले उन्होंने अपना धर्म चलाया अपना नाम जपाया मेरी ते बात भी नहीं पुछी आखो सतनाम पर डोली ना कल युग का समा अकाल पुरख वाहिगुरु कहिंदे ने असी अपना रूप वटा के आवांगे किवें असी गुरु नानक का रूप धार के आवांगे आखो सतनाम आप नारायण कला धार जग में परवरियो रब अपना रूप वटा के फिर राय भोए की तलवंडी ननकाणा साहब की धरती आप कहने ना पहला राय भोए की तलवंडी है बाद ननकाणा साहब बनिया किमें जेड़ा राय बुलार सी उन्हें बेनती की महाराज साड़ी कुल दे नाम ते शहर वसया होया मेरे दादे पड़दादे दे नाम ते शहर वसया राय भोए की तलवंडी महाराज साडे मन विच किते माण ना आ जाए माण खिमा करियो साडे मन विच माण बड़ी छेती आ जांदा जेड़ा बंदा गुरु घर दा प्रधान बनदा ना उहदे पोते माण करके कहणगे आ जेड़ा गुरद्वारा बनिया यह साडे बापू ने बनाया आखो सतनाम क्यों जी ए माण आ नहीं कहिंदे भी 50 लख लाया संगत ने लाया नहीं साडे बापू ने बनाया ए माण दी पंडा बहुते लोकी चुकी फिरदे ने चुकी राय बलार जी ने माण दी पंड लाए दित्ती महाराज साडे मन विच माण ना आवे भी साडे दादे पड़दादे दे नां ते शहर वसिया महाराज हुण आप जी आ गए हो साडा नाम ही ना होवे ਤੁਹਾਡਾ ਹੀ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਕਰਕੇ ਨਨਕਾਣਾ ਸਾਹਿਬ ਬਣਿਆ ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਜੀ ਦੇ ਨਾਮ ਤੇ ਧੰਨ ਗੁਰੂ ਨਾਨਕ ਜੀ ਜਦੋਂ ਅਵਤਾਰ ਧਾਰਿਆ ਪ੍ਰੇਮ ਵਾਲਿਆਂ ਨੂੰ ਆਵਾਜ਼ਾਂ ਪੈ ਜਾਂਦੀਆਂ ਨੇ ਆਵਾਜ਼ਾਂ ਰੱਬ ਆਪਣਾ ਰੂਪ ਬਟਾ ਕੇ ਗੁਰੂ ਨਾਨਕ ਬਣ ਕੇ ਆਇਆ ਰੱਬ ਆਪਣਾ गुरु नानक बन के आया रब अपना रूप बटा के गुरु नानक बन के आया रब अपना रूप बटा के गुरु नानक बन के आया रब अपना रूप बटा के गुरु नानक बन के आया अपना रूप बचा के गुरु नानक बन के आया अब अपना रूप बचा के गुरु नानक बन के आया
ਭਾਗਾਂ ਵਾਲੇ ਬਣ ਗਏ दर्शन पाया उता भागा वाले बन गए जिन्ना ने दर्शन पाया उता भागा वाले बन गए जिन्ना ने दर्शन पाया उता भागा वाले बन गए जिन्ना ने दर्शन पाया रब अपना अपना रूप बटा के गुरु नानक बन के आया रब अपना रूप बटा के गुरु नानक बन के आया रब अपना रूप बटा के गुरु नानक बन के आया रब अपना रूप बटा के गुरु नानक बन के ਨਨਕਾਣਾ ਸਾਹਿਬ ਦੀ ਧਰਤੀ ਨਿਹਾਲ ਹੋ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਦੁਨੀਆਂ ਦੇ ਲੋਕੀ ਨੇ ਦੁਨੀਆਂ ਤੇ ਆਉਂਦੇ ਨੇ ਜਨਮ ਲੈਂਦੇ ਨੇ ਪੜ੍ਹਦੇ ਨੇ ਗਿਆਨ ਲੈਂਦੇ ਨੇ ਫਿਰ ਨਿਹਾਲ ਕਰਦੇ ਨੇ ਆਪਾਂ ਜੇ ਆਇਆ ਨਾ ਪਹਿਲਾਂ ਮਾਤਾ ਪਿਤਾ ਤੋਂ ਗਿਆਨ ਲੈਂਦੇ ਹਾਂ ਫਿਰ ਸਕੂਲ ਵਿੱਚ ਪੜ੍ਹਾਈ ਕਰਦੇ ਹਾਂ ਤਾਂ ਸਿੱਖਿਆ ਦੇਣ ਜੋਗੇ ਹੁੰਦੇ ਹਾਂ ਤਾਂ ਧੰਨ ਗੁਰੂ ਨਾਨਕ ਜੀ ਜਦੋਂ ਅਵਤਾਰ ਹੋਇਆ ਜਦੋਂ ਜਨਮ ਲਿਆ ਸਾਰਿਆਂ ਤੋਂ ਪਹਿਲਾਂ ਦਾਈ ਦੌਲਤਾਂ ਨਿਹਾਲ ਹੋ ਗਈ ਆਖੋ ਸਤਨਾਮ ਇਹ ਵਡਿਆਈ ਆ ਗੁਰੂ ਨਾਨਕ ਦੀ ਅਵਤਾਰ ਧਾਰਿਆ ਉਦੋਂ ਹੀ ਨਿਹਾਲ ਕਰਦੇ ਨੇ ਉਦੋਂ ਹੀ ਦਾਈ ਦੌਲਤਾਂ ਚ ਘੜਾਲੂ ਜਿਹਾ ਸੁਭਾਅ ਸੀ ਇਹਦਾ ਸੁਣਿਓ ਮਨ ਜੋੜ ਕੇ ਜਰਾ ਜਿਹੜੇ ਘਰ ਵਿੱਚ ਬੱਚਾ ਜਨਮੇ ਇਹਨੇ ਕਹਿਣਾ ਇੰਨੀਆਂ ਵਧਾਈਆਂ ਦਿਓ ਇੰਨੀ ਮਾਇਆ ਦਿਓ ਕੀਮਤੀ ਕੱਪੜੇ ਦਿਓ ਕੀਮਤੀ ਗਹਿਣੇ ਦਿਓ ਧੰਨ ਗੁਰੂ ਨਾਨਕ ਜੀ ਦੇ ਦਰਸ਼ਨ ਹੋ ਗਏ ਨਿਹਾਲ ਹੋ ਗਏ ਜਾ ਕੇ ਕਿਹਾ ਪਟਵਾਰੀ ਜੀ ਵਧਾਈਆਂ ਹੋਣ ਪੁੱਤਰ ਜਨਮਿਆ ਇਹ ਵੱਡੀਆਂ ਦਾਤਾਂ ਨੇ ਵੱਡੀਆਂ ਕਲਿਆਣ ਦਾਸ ਮਹਿਤਾ ਜੀ ਕਹਿੰਦੇ ਦਾਈ ਦੌਲਤਾਂ ਮੰਗ ਕਿੰਨੀਆਂ ਵਧਾਈਆਂ ਲੈਣੀਆਂ ਨੇ ਕਿੰਨੀ ਮਾਇਆ ਲੈਣੀ ਕਿਹੜੇ ਕੀਮਤੀ ਕੱਪੜੇ ਲੈਣੇ ਨੇ ਕਿਹੜੇ ਕੀਮਤੀ ਗਹਿਣੇ ਲੈਣੇ ਨੇ ਮੰਗ ਖੁਸ਼ ਹੋ ਗਏ ਦਾਈ ਦੌਲਤਾਂ ਕਹਿੰਦੀ ਪਟਵਾਰੀ ਜੀ ਮੰਗਾਂ ਕੀ ਮੇਰੀਆਂ ਤੇ ਮੰਗਾਂ ਹੀ ਮੁੱਕ ਗਈਆਂ ਆਖੋ ਸਤਨਾਮ ਇੱਕ ਮੰਗ ਹੈ ਉਹ ਮਾਇਆ ਦੀ ਮੰਗ ਨਹੀਂ ਕੀਮਤੀ ਗਹਿਣਿਆਂ ਦੀ ਮੰਗ ਨਹੀਂ ਫਿਰ ਮੰਗ ਕਾਹਦੀ ਦਾਈ ਦੌਲਤਾਂ ਕਹਿੰਦੀ ਮੈਂ ਜਦੋਂ ਵੀ ਆਵਾਂ ਪਟਵਾਰੀ ਜੀ ਮੈਨੂੰ ਖਾਲੀ ਨਾ ਮੋੜਿਓ ਮੈਨੂੰ ਇਹਨਾਂ ਦੇ ਦਰਸ਼ਨ ਕਰਾ ਦਿਆ ਕਰਿਓ ਆਖੋ ਸਤਨਾਮ ਨਿਹਾਲ ਹੋ ਗਏ ਪਾਂਧੇ ਕੋਲ ਪੜ੍ਹਨੇ ਪਾਇਆ ਪੰਡਿਤ ਹਰਦਿਆਲ ਦਾਸ ਦਾ ਨਾਮ ਆਇਆ ਇਤਿਹਾਸ ਵਿੱਚ ਪਾਂਧਾ ਕਹਿੰਦਾ ਨਾਨਕਾ ਕਹਿ ਊੜਾ ਸਾਡੇ ਬੱਚੇ ਸਕੂਲ ਜਾਂਦੇ ਨੇ ਇੱਥੋਂ ਗੁਰਮੁਖੀ ਸ਼ੁਰੂ ਹੁੰਦੀ ਹੈ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਪਾਂਧਾ ਕਹਿੰਦਾ ਨਾਨਕਾ ਕਹਿ ਊੜਾ ਧੰਨ ਗੁਰੂ ਨਾਨਕ ਜੀ ਕੀ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਿਓ 431 ਅੰਗ ਤੇ ਪੜ੍ਹਿਓ ਆਸਾ ਰਾਗ ਵਿੱਚ ਪੱਟੀ ਲਿਖੀ ਬਾਣੀ ਹੈ ਜਿਹੜੇ ਬਾਣੀ ਦੇ ਗਿਆਤਾ ਨੇ ਉਹਨਾਂ ਨੂੰ ਪਤਾ ਹੁੰਦਾ ਬਾਕੀ ਤੇ ਕਹਿਣਗੇ ਗਿਆਨੀ ਜੀ ਆਹ ਕੀ ਗੱਲਾਂ ਕਰ ਗਏ ਆਖੋ ਸਤਨਾਮ
ਵੀ ਪੱਟੀ ਲਿਖੀ ਵੀ ਬਾਣੀ ਹੈ ਆਸਾ ਰਾਗ ਵਿੱਚ ਬਹੁਤਿਆਂ ਨੂੰ ਪਤਾ ਹੀ ਨਹੀਂ। ਪਾਂਧਾ ਕਹਿੰਦਾ ਨਾਨਕਾ ਕਹਿ ਊੜਾ ਧੰਨ ਗੁਰ ਨਾਨਕ ਜੀ ਕੀ ਕਹਿੰਦੇ ਨੇ ਊੜੇ ਉਪਮਾ ਤਾਂ ਕੀ ਜੈ ਜਾ ਕਾ ਅੰਤ ਨਾ ਪਾਇਆ ਪਾਂਧਿਆ ਊੜਾ ਤੇ ਉਪਮਾ ਗਾਉਂਦਾ ਮਾਲਕ ਦੀ ਆਖੋ ਸਾਧਨਾ ਐਡਾ ਵੱਡਾ ਗਿਆਨ ਕਹਿੰਦੇ ਊੜਾ ਤੇ ਉਪਮਾ ਗਾਉਂਦਾ ਊੜੈ ਉਪਮਾ ਤਾਂ ਕੀ ਕੀਜੈ ਜਾਂ ਕਾ ਅੰਤ ਨਾ ਪਾਇਆ ਈ ਬੜੀ ਯਾਦ ਪੁਰਖ ਹੈ ਦਾਤਾ ਇਹ ਬਾਣੀ ਆ ਆਸਾ ਰਾਗ ਵਿੱਚ ਭਾਗਾਂ ਵਾਲੇ ਪੜ੍ਹ ਲੈਂਦੇ ਨੇ ਭਾਈ ਫਿਰ ਗਿਆਨ ਹੁੰਦਾ ਪਤਾ ਲੱਗਦਾ ਵੀ ਬਾਣੀ ਕਿੰਨਾ ਆਨੰਦ ਦਿੰਦੀ ਆ ਸਾਡੇ ਕੋਲ ਤੇ ਬਹਾਨਾ ਹੀ ਆ ਬਾਬਾ ਜੀ ਬਾਣੀ ਸਮਝ ਨਹੀਂ ਆਉਂਦੀ ਆਖੋ ਸਤਨਾਮ ਬਹੁਤੇ ਲੋਕਾਂ ਦਾ ਇਹ ਸੌਖਾ ਜਿਹਾ ਜਵਾਬ ਹੁੰਦਾ ਜਿਹੜੇ ਯਾਰ ਬੇਲੀ ਨੂੰ ਨਹੀਂ ਮਿਲਣਾ ਨਾ ਤੁਹਾਡਾ ਮਨ ਬਹਾਨਾ ਘੱਟ ਜਾਂਦਾ ਜਿਹਨੂੰ ਨਹੀਂ ਮਿਲਣਾ ਉਹਦਾ ਫੋਨ ਆ ਜੇ ਘਰੇ ਆ ਜੇ ਨਹੀਂ ਮਿਲਣਾ ਆਪਾਂ ਕੀ ਕਹਿੰਦੇ ਹਾਂ ਨਾ ਮੈਂ ਤੇ ਚੰਡੀਗੜ੍ਹ ਗਿਆ ਪਰਸੋਂ ਨੂੰ ਆਊਂ ਆਖੋ ਸਤਨਾਮ ਇਹ ਮਨ ਦੀ ਸਪੀਟ ਆ ਬੇਈਮਾਨੀ ਕਰਨ ਦੀ ਨੋਟ ਕਰਿਓ ਬੈਠਾ ਭਾਵੇਂ ਘਰੇ ਆ ਬੰਦਾ ਇੱਕਦਮ ਕਹਿ ਦਿੱਤਾ ਮੈਂ ਤੇ ਹੈ ਹੀ ਨਹੀਂ ਇੱਥੇ ਜਿਹੜੇ ਯਾਰ ਬੇਲੀ ਨੂੰ ਨਹੀਂ ਮਿਲਣਾ ਭਾਵੇਂ ਘਰੇ ਬੈਠੇ ਹੋ ਤਾਂ ਵੀ ਮੁਨਕਰ ਹੋ ਜਾਂਦੇ ਹੋ ਮੁੱਕਰ ਜਾਂਦੇ ਹੋ ਮੈਂ ਘਰੇ ਨਹੀਂ ਉਹ ਸਾਡੇ ਇੱਕ ਪਿਆਰ ਵਾਲਾ ਕਹਿੰਦਾ ਬਾਬਾ ਜੀ ਮੈਂ ਕੀਤਾ ਫੋਨ ਕਹਿੰਦਾ ਸਕੂਲ ਦੇ ਗਰਾਊਂਡ ਵਿੱਚ ਲੜ ਪਏ ਮੁੰਡੇ ਯਾਰ ਬੇਲੀ ਨੂੰ ਫੋਨ ਕੀਤਾ ਕਹਿੰਦੇ ਛੇਤੀ ਆ ਜਾ ਕਹਿੰਦਾ ਕੀ ਹੋ ਗਿਆ ਕਹਿੰਦਾ ਲੜਾਈ ਪੈ ਗਈ ਪੰਗਾ ਪੈ ਗਿਆ ਛੇਤੀ ਆ ਜਾ ਬੈਠਾ ਘਰੀ ਸੀ ਕਹਿੰਦਾ ਮੈਂ ਤੇ ਹਜ਼ੂਰ ਸਾਹਿਬ ਗਿਆ ਹੋਇਆ ਆਖੋ ਸਤਨਾਮ ਐਡਾ ਬੇਈਮਾਨ ਭਾਈ ਇਹ ਮਨ ਦੀ ਬੇਈਮਾਨੀ ਆ ਮੁੱਕਰ ਜਾਂਦੇ ਨੇ ਲੋਕੀ ਖੜੀ ਇਹ ਮਨ ਦੀ ਸਪੀਡ ਆ ਬੇਈਮਾਨੀ ਕਰਨ ਦੀ ਅੱਛਾ ਜੀ ਜਿਹਦੇ ਨਾਲ ਪਿਆਰ ਆ ਜਿਹਨੂੰ ਮਿਲਣਾ ਚਾਹੁੰਦੇ ਹੋ ਭਾਵੇਂ ਘਰੇ ਵੀ ਨਹੀਂ ਹੁੰਦੇ ਯਾਰ ਬੇਲੀ ਦਾ ਫੋਨ ਆਵੇ ਮੈਂ ਮਿਲਣ ਆਉਣਾ ਘਰੇ ਹੀ ਆ ਭਾਵੇਂ ਘਰੇ ਵੀ ਨਹੀਂ ਤਾਂ ਵੇਖਿਓ ਖਿੱਚ ਆਪਾਂ ਕਹਿੰਦੇ ਹਾਂ ਮੈਂ ਤੇ ਘਰੇ ਹੀ ਆ ਤੂੰ ਆ ਸਹੀ ਆਖੋ ਸਤਨਾਮ ਯਾਰਾ ਤੇਰੀਆਂ ਉਡੀਕਾਂ ਕਰਦੇ ਆ ਆ ਜਾ ਧੰਨ ਭਾਗ ਜੇ ਤੂੰ ਆਵੇਂ ਕਹਿੰਦੇ ਹਾਂ ਨਾ ਤੇ ਫੋਨ ਕੱਟ ਕੇ ਫਿਰ ਘਰੇ ਫੋਨ ਕਰਦੇ ਆ ਮਾਂ ਨੂੰ ਕਹਿੰਦੇ ਆ ਵੀ ਮੇਰਾ ਯਾਰ ਵੇਲੀ ਆਉਂਦਾ ਇੱਕ ਘੰਟਾ ਲੰਘਾ ਦਿਓ ਚਾਹ ਪਾਣੀ ਪਿਲਾ ਦਿਓ ਉਹਨੂੰ ਦੱਸਿਓ ਨਾ ਮੈਂ ਘਰੇ ਨਹੀਂ ਆਖੋ ਸਤ ਜਿਹਨੂੰ ਮਿਲਣਾ ਤਾਂਗ ਹੋਵੇ ਜੇ ਤੁਹਾਨੂੰ ਗੁਰਬਾਣੀ ਮਿੱਠੀ ਲੱਗਦੀ ਆ ਨਾ ਤੁਸੀਂ ਕਦੇ ਨਹੀਂ ਕਹਿੰਦੇ ਬਾਬਾ ਜੀ ਸਮਝ ਨਹੀਂ ਆਉਂਦੀ ਗੁਰਬਾਣੀ ਮਹਾਰਾਜ ਕਹਿੰਦੇ ਨੇ ਕਿਨਕਾ ਏਕ ਜਿਸ ਜੀਵ ਸਾਵੇ ਇੱਕ ਕਿਨਕਾ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਇੱਕ ਅੱਖਰ ਸਾਡੇ ਹਿਰਦੇ ਚ ਵਸ ਗਿਆ ਸਾਡਾ ਜੀਵਨ ਨਿਹਾਲ ਹੋਣਾ ਸ਼ੁਰੂ ਹੋ ਜਾਣਾ ਫਿਰ ਭਾਵੇਂ ਕੋਈ ਲੱਖ ਵਾਰੀ ਕਹਿ ਦੇਵੇ ਕੀ ਮਿਲਿਆ ਗੁਰਦੁਆਰੇ ਜਾਣਾ ਕੀ ਮਿਲਿਆ ਇਹ ਦੁਨੀਆਂ ਦੇ ਲੋਕੀ ਨੇ ਦੀਵਾ ਬੁਝਾਉਣ ਲੱਗੇ ਮਿੰਟ ਨਹੀਂ ਲਾਉਂਦੇ ਪਤਾ ਹੀ ਆ ਵੀ ਜਿਹੜੀ ਸ਼ਰਧਾ ਜਨਮ ਲੱਗ ਜਾਂਦੇ ਨੇ ਸ਼ਰਧਾ ਬਣਨ ਨੂੰ ਤੋੜਨ ਵਾਲਾ ਤੇ ਮਿੰਟ ਨਹੀਂ ਲਾਉਂਦਾ ਕੀ ਮਿਲਿਆ ਗੁਰਦੁਆਰੇ ਦੀਵਾ ਜਗਾਉਣਾ ਹੀ ਔਖਾ ਹੁੰਦਾ ਬੁਝਾਉਣਾ ਨਹੀਂ ਔਖਾ ਹੁੰਦਾ ਮਾੜੀ ਜੀ ਹਵਾ ਮਾਰ ਦਿਓ ਮਾੜਾ ਜਿਹਾ ਪੱਲਾ ਮਾਰ ਦਿਓ ਹਵਾ ਦਾ ਬੁੱਝ ਜਾਏਗਾ ਦੀਵਾ ਉਹ ਕੋਠੀ ਪਾਉਣੀ ਔਖੀ ਹੁੰਦੀ ਆ ਕੋਠੀ 5 ਸਾਲ ਲੱਗ ਜਾਂਦੇ ਨੇ 50 ਮਜ਼ਦੂਰ ਹੁੰਦੇ ਨੇ ਕੰਮ ਕਰਨ ਵਾਲੇ ਜਿਹੜੀ 5 ਸਾਲਾਂ ਵਿੱਚ ਕੋਠੀ ਬਣੀ ਆ 50 ਬੰਦਿਆਂ ਨੇ ਬਣਾਈ ਆ ਢਾਉਣ ਲਈ 5 ਦਿਨ ਬੜੇ ਨੇ 5 ਬੰਦੇ ਬੜੇ ਨੇ ਢਾਉਣ ਲਈ ਢਾਉਣਾ ਤੇ ਬੜਾ ਸੌਖਾ ਭਾਈ ਬਣਾਉਣਾ ਹੀ ਔਖਾ ਹੁੰਦਾ ਆ ਜਿਹੜੀ ਸ਼ਰਧਾ ਬਣੀ ਆ ਨਾ ਇਹਨੂੰ ਜਨਮ ਲੱਗ ਜਾਂਦੇ ਭਾਗਾਂ ਵਾਲੇ ਨੇ ਫਿਰ ਭਾਵੇਂ ਕੋਈ ਲੱਖ ਵਾਰੀ ਕਹਿ ਦੇਵੇ ਕੀ ਮਿਲਿਆ ਗੁਰਦੁਆਰੇ ਬਾਬਾ ਕਬੀਰ ਜੀ ਕਹਿੰਦੇ ਕਹਿਦੇ ਆ ਕਰ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਬਾਬਾ ਕਬੀਰ ਜੀ ਕਹਿੰਦੇ ਜਿਹੜਾ ਕਹਿੰਦਾ ਜਿਹਨੇ ਗੁੜ ਖਾਧਾ ਭਾਵੇਂ ਗੂੰਗਾ ਵੀ ਆ ਬੋਲਣਾ ਨਹੀਂ ਆਉਂਦਾ
ਉਹਦਾ ਚਿਹਰਾ ਖੜਿਆ ਦੱਸੇਗਾ ਵੀ ਇਹਨੂੰ ਆਨੰਦ ਆ ਗਿਆ। ਆਖੋ ਸਤਨਾਮ। ਜਿਹੜੇ ਆ ਗੁਰੂ ਨਾਨਕ ਦੇ ਘਰ ਵਿੱਚ ਆਉਂਦੇ ਨੇ ਉਹ ਕਹਿੰਦੇ ਨੇ ਬਾਬਾ ਜੀ ਮੈਨੂੰ ਪਤਾ ਮੇਰੇ ਕਰਮ ਕੀ ਸੀ, ਮੈਨੂੰ ਕਿੱਥੋਂ ਮਾਲਕ ਨੇ ਮੋੜਿਆ, ਮੈਂ ਕਿੱਥੋਂ ਮੁੜ ਕੇ ਆਇਆ, ਇਹ ਮੈਂ ਜਾਣਦਾ ਵੀ ਮੇਰੇ ਤੇ ਕਿਰਪਾ ਕੀ ਹੋਈ ਹੈ। ਪਿਆਰ ਵਾਲੇ ਫਿਰ ਚਾਹ ਵਿੱਚ ਪੜਦੇ ਨੇ ਮੇਰਾ ਜੀਵਨ ਬਦਲ ਗਿਆ, ਜਿਹਨੇ ਕਿਰਪਾ ਪੁੱਛਣੀ ਆ ਨਾ ਭਾਈ ਅੰਮ੍ਰਿਤਪਾਲ ਸਿੰਘ ਤੋਂ ਪੁੱਛਿਓ ਕਿਰਪਾ ਕੀ ਹੁੰਦੀ ਆ। ਆਖੋ ਸਤਨਾਮ। ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਗੁਰੂ ਦੇ ਪਿਆਰੇ ਦਾ ਡੰਕਾ ਵੱਜਦਾ ਭਾਈ ਅੰਮ੍ਰਿਤਪਾਲ ਸਿੰਘ ਜੀ। ਮੈਂ ਤੇ ਹੈਰਾਨ ਹੋ ਜਾਂਦਾ, ਮੈਂ ਮਿਲਿਆ ਵੀ ਸੀ ਬਰਨਾਲੇ ਲਾਗੇ, 15-20 ਮਿੰਟ ਮੈਂ ਬੈਠਿਆ, ਮੈਂ ਕਿਹਾ ਫੌਜੋ ਤੁਹਾਡੇ ਨਾਲ ਆ, ਡਟ ਕੇ ਖਿੱਚ ਕੇ ਰੱਖਿਓ ਕੰਮ, ਕਿਹਾ ਤੁਹਾਡੇ ਨਾਲ। ਖੁਸ਼ ਹੋ ਗਿਆ, ਮੈਂ ਹੈਰਾਨ ਹੋ ਗਿਆ ਜਦੋਂ ਪਹਿਲੀ ਵਾਰੀ ਉਹਨੇ ਕਿਹਾ ਵੀ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਨੌਜਵਾਨੋ ਆ ਜਾਓ ਮੇਰੇ ਨਾਲ। ਹਜ਼ਾਰ ਬੰਦੇ ਨੇ ਛਕ ਲਿਆ ਨਾਲ ਹੀ ਉਹਦੇ। ਮੈਂ ਕਹਿੰਦਾ ਜੀ ਇੱਕ ਦਿਨ ਕਥਾ ਨਹੀਂ ਕੀਤੀ ਅਜੇ, ਇੱਕੋ ਨੇ ਕੋਈ ਸਤਸੰਗ ਨਹੀਂ ਕੀਤਾ, ਇਹ ਆ ਕਿਰਪਾ। ਫਿਰ ਅਕਾਲ ਤਖ਼ਤ ਸਾਹਿਬ ਤੇ ਛਕਿਆ, ਕਹਿੰਦੇ 1300 ਨੌਜਵਾਨ ਉੱਥੇ ਗੁਰੂ ਕੇ ਜਹਾਜ਼ੇ ਚੜ੍ਹ ਗਿਆ। ਇੱਥੇ ਲੱਤਾਂ ਖਿੱਚਣ ਵਾਲੇ ਬੜੇ ਨੇ, ਹੋਰ ਕੀ ਭਾਲਦੇ ਹਾਂ ਆਪਾਂ। ਓਏ ਸਿੱਖੀ ਦਾ ਵਾਧਾ ਹੁੰਦਾ, ਬਾਜਾਂ ਵਾਲੇ ਨੇ ਕਿਰਪਾ ਕੀਤੀ ਆ, ਕਿਰਪਾ। ਲੱਤਾਂ ਖਿੱਚਣ ਵਾਲੇ ਕੌਣ ਨੇ ਨਾ, ਮੈਂ ਕਲੀਅਰ ਕਹਿ ਦਿੰਦਾ, ਕਲੀਅਰ ਲੱਤਾਂ ਖਿੱਚਣ ਵਾਲੇ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਡਰ ਪੈ ਗਿਆ ਵੀ ਕਿਤੇ ਸਾਡੇ ਵਾਲਾ ਮੇਲਾ ਨਾ ਵਿਛੜ ਜੇ। ਆਖੋ ਸਤਨਾਮ। ਇਹ ਸੌਖਾ ਨਹੀਂ ਹੁੰਦਾ ਵੀ ਮੇਲਾ ਵਿਛੜ ਜੇ, ਆ ਸਮਾਗਮ ਹੋ ਜਾਏਗਾ, ਆ ਪੰਡਾਲ ਪੱਟਿਆ ਜਾਏਗਾ, ਬਾਅਦ ਵਿੱਚ ਵੇਖਿਓ ਇੱਥੇ ਮੇਲਾ ਵਿਛੜਿਆ, ਸੁਣ ਸਰੈ ਹੋ ਜਾਣੀ ਆ। ਇੱਥੇ ਆਨੰਦ ਵਿੱਚ ਬੈਠੇ ਹੋ, ਜਿਨ੍ਹਾਂ ਨੂੰ ਇਹ ਫਿਕਰ ਪੈ ਗਿਆ ਵੀ ਸਾਡੀ ਜਿਹੜੀ ਟ੍ਰੈਂਡਿੰਗ ਆ ਨਾ ਮੀਡੀਆ ਦੀ ਟ੍ਰੈਂਡਿੰਗ, ਉਹ ਖਿੱਚੀ ਜਾਏਗੀ, ਸਾਡੇ ਵਿਊ ਘੱਟ ਜਾਣੇ ਨੇ, ਸਾਡੇ ਫੋਲੋਅਰ ਘੱਟ ਜਾਣੇ ਨੇ। ਜਿਨ੍ਹਾਂ ਲੋਕਾਂ ਨੂੰ ਇਹ ਫਿਕਰ ਪੈ ਗਿਆ ਵੀ ਸਾਡਾ ਮੇਲਾ ਨਾ ਵਿਛੜ ਜੇ, ਉਹ ਕਹਿੰਦੇ ਨੇ ਤੱਤੀਆਂ ਗੱਲਾਂ ਕਰਦਾ। ਆਖੋ ਸਤਨਾਮ। ਨਹੀਂ ਭਾਈ, ਇਹ ਕੌਮ ਚਾਹੁੰਦੀ ਆ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਕੋਈ ਝਲਕ ਪਵੇ, ਕੋਈ ਝਲਕਾਰਾ ਪਵੇ। ਕਿਰਪਾ ਕੀ ਹੁੰਦੀ ਆ ਪੁੱਛ ਲਿਓ, ਕਿਰਪਾ ਉਹਨਾਂ ਨੂੰ ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹਦੇ ਨੇ, ਜਿਹੜੇ ਰੱਜ ਰੱਜ ਕੇ ਵਿਕਾਰ ਕਰਦੇ ਸੀ, ਰੱਜ ਕੇ ਸ਼ਰਾਬਾਂ ਪੀਂਦੇ ਸੀ, ਇੱਕਦਮ ਮਨ ਮੰਨ ਗਿਆ, ਇੱਕੋ ਦਮ ਚੇਂਜ ਆ ਗਿਆ। ਉਹ ਫਿਰ ਪ੍ਰੇਮ ਵਾਲੇ ਪੜ੍ਹਦੇ ਨੇ ਬਾਬਾ ਜੀ ਮੇਰਾ ਜੀਵਨ ਬਦਲ ਗਿਆ, ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਬਦਲ ਗਿਆ ਹੋਗੀ ਤੇਰਾ ਜੀਵਨ ਬਦਲ ਗਿਆ, ਮੇਰਾ ਜੀਵਨ ਬਦਲ ਗਿਆ, ਮੇਰਾ ਜੀਵਨ ਬਦਲ ਗਿਆ, ਮੇਰਾ ਜੀਵਨ ਬਦਲ ਗਿਆ। ਮੇਰਾ ਜੀਵਨ
मन बदल गया मेरे ते मेरे गुरादी हो गई मेरे ते कृपा हो गई हर जियो कृपा करो तुम प्यारे आपा कृपा मंगदे आ ना जिन्ना ते कृपा हो गई ਉਹਨਾਂ ਦਾ ਜੀਵਨ ਬਦਲ ਗਿਆ ਆਖੋ ਸਤਨਾਮ ਸ੍ਰੀ ਵਾਹਿ ਪਾਂਧਾ ਕਹਿੰਦਾ ਨਾਨਕਾ ਕਹਿ ਊੜਾ ਧੰਨ ਗੁਰ ਨਾਨਕ ਜੀ ਕਹਿੰਦੇ ਊੜੈ ਉਪਮਾ ਤਾਂ ਕੀ ਕੀਜੈ ਜਾਂ ਕਾ ਅੰਤ ਨਾ ਪਾਇਆ ਪਾਂਧਾ ਵੀ ਨਿਹਾਲ ਹੋ ਗਿਆ ਕਹਿੰਦਾ ਪਟਵਾਰੀ ਜੀ ਮੈਂ ਤੁਹਾਡੇ ਲਾਲ ਨੂੰ ਪੜ੍ਹਾ ਨਹੀਂ ਸਕਦਾ ਕਿਉਂ ਉਹ ਕਹਿੰਦਾ ਅਸੀਂ ਤੇ ਦੁਨੀਆਦਾਰੀ ਦੀ ਪੜ੍ਹਾਈ ਜਾਣਦੇ ਹਾਂ ਪਾਂਧਾ ਕਹਿੰਦਾ ਇੱਕ ਆਰਥਿਕ ਹੈ ਇੱਕ ਪਰਮਾਰਥਕ ਹੈ ਕਹਿੰਦਾ ਦੁਨੀਆ ਦੀ ਪੜ੍ਹਾਈ ਆ ਇਹ ਤੇ ਦਰਗਾਹ ਵਿੱਚੋਂ ਪੜ੍ਹ ਕੇ ਆਏ ਨੇ ਆਖੋ ਸਤਨਾਮ ਸ੍ਰੀ ਵਾਹਿ ਇਹ ਤੇ ਡੂੰਘੀਆਂ ਵਿਚਾਰਾਂ ਡੂੰਘੀ ਵੱਡੇ ਗਿਆਨ ਦੀਆਂ ਗੱਲਾਂ ਕਰਦੇ ਨੇ ਫਿਰ ਉਹ ਵੀ ਵੇਲਾ ਯਾਦ ਕਰਿਓ ਧੰਨ ਗੁਰੂ ਨਾਨਕ ਜੀ ਨੂੰ 20 ਰੁਪਈਏ ਦਿੱਤੇ ਆ ਵੀ ਸੁਣਿਓ ਕਈ ਇੱਥੇ ਵੀ ਸ਼ੰਕਾ ਕਰਕੇ ਕਹਿ ਜਾਂਦੇ ਨੇ ਕਹਿੰਦੇ ਜੀ 20 ਰੁਪਈਏ ਉਹ ਵੇਲੇ ਕਿੱਥੋਂ ਆ ਗਏ ਧੰਨ ਗੁਰੂ ਨਾਨਕ ਜੀ ਪਟਵਾਰੀ ਦਾ ਪੁੱਤ ਸੀ ਆਖੋ ਸਤਨਾਮ ਸ੍ਰੀ ਵਾਹਿ ਅੱਜ ਪਟਵਾਰੀ ਦੇ ਘਰੇ ਜਾਇਓ ਕੀ 20 ਲੱਖ ਨਹੀਂ ਹੋਏਗਾ ਪਟਵਾਰੀ ਕੋਲ ਹੁੰਦਾ ਭਾਈ ਇਹ ਵੱਡੀ ਗੱਲ ਨਹੀਂ ਭਾਵੇਂ ਅੱਜ ਤੋਂ 20 ਸਾਲ ਪਹਿਲਾਂ 5 ਲੱਖ ਰੁਪਈਆ ਇਕੱਠਾ ਨਹੀਂ ਸੀ ਆਪਾਂ ਕਰਦੇ ਭਾਵੇਂ 100-100 ਦੇ ਨੋਟ ਸੀ ਪੈਸੇ ਤੇ ਹੈ ਸਨ ਮਾਇਆ ਤੇ ਸੀ ਨਾ ਭਾਵੇਂ 100-100 ਦੇ ਨੋਟ ਸੀ ਫਿਰ 1000 ਦੇ ਆ ਗਏ ਫਿਰ 2000 ਦੇ ਆ ਗਏ ਹੁਣ 2 ਲੱਖ ਰੁਪਈਆ ਬੰਦਾ ਜੇਬ ਵਿੱਚ ਪਾ ਕੇ ਤੁਰ ਜਾਂਦਾ 20 ਸਾਲ ਪਹਿਲਾਂ 2 ਲੱਖ ਚੁੱਕਣਾ ਔਖਾ ਸੀ ਚੁੱਕਣਾ ਮੈਨੂੰ ਮੇਰੇ ਪਿਆਰ ਵਾਲਾ ਕਹਿੰਦਾ ਬਾਬਾ ਜੀ 3 ਲੱਖ ਰੁਪਈਏ ਦੀ ਜ਼ਮੀਨ ਵੇਚੀ ਸੀ 20 ਸਾਲ ਪਹਿਲਾਂ ਕਹਿੰਦਾ ਸਾਰੇ ਪਰਿਵਾਰ ਨੇ ਰਾਤ ਬਹਿ ਕੇ ਕੱਟੀ ਸੀ ਆਖੋ ਸਤਨਾਮ 3 ਲੱਖ ਰੁਪਈਆ ਕਹਿੰਦਾ ਰਜਾਈ ਵਿੱਚ ਪਾਇਆ ਵਿਛਾਇਆ ਉਹਦੇ ਉੱਤੇ ਪੈ ਗਏ 5 ਜਾਣੇ ਪਹਿਰਾ ਲਾ ਕੇ ਖੜੇ ਸਵੇਰੇ ਆੜਤੀਆ ਬੁਲਾਇਆ ਉਹਨੂੰ ਗਣਾ ਕੇ ਉਹਨੂੰ ਦੇ ਕੇ ਵਿਆਜੂ ਕਹਿੰਦੇ ਤਾਂ ਜਾਨ ਛੁੱਟੀ ਆਖੋ ਸਤਨਾਮ ਸ੍ਰੀ ਵਾਹ ਕਿੱਥੇ 20 ਸਾਲ ਪਹਿਲਾਂ 2 ਲੱਖ ਰੁਪਈਆ ਰਾਖੀ ਕਰਦੇ ਸੀ ਅੱਜ ਭਾਵੇਂ 20 ਲੱਖ ਪਿਆ ਹੋਵੇ ਪਤਾ ਹੀ ਨਹੀਂ ਭਾਈ ਧੰਨ ਗੁਰੂ ਨਾਨਕ ਜੀ ਪਟਵਾਰੀ ਦੇ ਲਾਲ ਸੀ ਭਾਵੇਂ ਆਨੇ ਹੋਣਗੇ ਭਾਵੇਂ ਪੈਸੇ ਹੋਣਗੇ 20 ਰੁਪਈਏ ਤੇ ਹੋਣਗੇ ਨਾ 20 ਰੁਪਈਏ ਦਿੱਤੇ ਖਰਾ ਸੌਦਾ ਕਰਕੇ ਆਈ ਮਹਾਰਾਜ ਗਏ ਭਾਈ ਬਾਲੇ ਨੂੰ ਨਾਲ ਘੱਲਿਆ ਤੂੰ ਦੁਨਿਆਵੀ ਉਮਰ ਵਿੱਚ ਵੱਡਾ ਥੋੜਾ ਤੂੰ ਜਾ 20 ਰੁਪਈਏ ਦੇ ਕੇ ਘੱਲਿਆ ਸਾਧੂਆਂ ਦੀ ਮੰਡਲੀ ਮਿਲ ਗਈ ਮਹਾਰਾਜ ਨੇ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ ਮੈਂ ਨੇੜੇ ਸੰਖੇਪ ਜੀ ਵਿਚਾਰ ਕਰਦਾ ਕਿਉਂਕਿ ਜਿਹੜਾ ਸਮਾਂ ਸੀ ਆਪਣਾ 10:30 ਦਾ ਤਕਰੀਬਨ ਪੂਰਾ ਹੋ ਗਿਆ 20 ਰੁਪਈਏ ਦਿੱਤੇ ਸੰਤ ਰੈਣ ਜੀ ਸਾਧੂਆਂ ਦੀ ਮੰਡਲੀ ਮਿਲੀ ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀ ਕਰਦੇ ਹੋ ਕਹਿੰਦੇ ਜਦੋਂ ਕਰਤਾਰ ਘੱਲਦਾ ਨਾ ਉਦੋਂ ਛਕਦੇ ਹਾਂ ਆਖੋ ਸਤਨਾਮ ਆਸਾ ਜੀ ਦੀ ਵਾਰ ਦਾ ਗਿਆਨ ਆ ਦਰਬਾਟ ਉੱਪਰ ਖਰਚ ਮੰਗਾ ਜਬੈ ਦੇ ਤਾਂ ਖਾਹੇ ਕਹਿੰਦੇ ਜਦੋਂ ਮਾਲਕ ਘੱਲਦਾ ਉਦੋਂ ਛਕਦੇ ਹਾਂ ਹਾਂ ਉਂਜ ਕਈ ਡੰਗ ਲੰਘ ਗਏ ਨੇ ਛਕਿਆ ਨੀ ਕੁਝ ਭਾਈ ਬਾਲੇ ਨੂੰ ਨਾਲ ਲੈ ਕੇ ਅੱਗੇ ਗਏ ਬਾਜ਼ਾਰਾਂ ਵਿੱਚੋਂ ਰਸਤਾ ਵਸਤਾਂ ਖਰੀਦੀਆਂ ਦਾਲ ਪਾਣੀ ਪ੍ਰਸ਼ਾਦਾ ਤਿਆਰ ਕਰਕੇ ਆ ਗਏ ਮੁੜ ਕੇ ਜੰਗਲ ਵਿੱਚ ਸਾਧੂਆਂ ਨੂੰ ਪ੍ਰੇਮ ਨਾਲ ਬਿਠਾਇਆ ਭਾਈ ਬਾਲਿਆ ਤੂੰ ਦਾਲਾ ਵਰਤਾ ਦੇ ਅਸੀਂ ਪ੍ਰਸ਼ਾਦੇ ਵਰਤਾਉਂਦੇ ਹਾਂ ਆਖੋ ਸਤਨਾਮ ਸ੍ਰੀ ਵਾਹਿ ਇਹ ਸਾਡੇ ਲਈ ਗਿਆਨ ਸੀ ਸਾਡੇ ਲਈ ਭਾਈ ਬਾਲਾ ਜੀ ਦਾਲਾ ਵਰਤਾਉਂਦੇ ਨੇ ਧੰਨ ਗੁਰੂ ਨਾਨਕ ਜੀ ਪ੍ਰਸ਼ਾਦੇ ਸਾਡੇ ਮਹਾਂਪੁਰਸ਼ਾਂ ਧਾਰਨਾ ਪੜ੍ਹਦੇ ਹੁੰਦੇ ਸੀ ਹਰ ਜੀ ਆਪ ਬਣੇ ਵਰਤਾਵੇ ਸੇਵਾ ਕਰਦੇ ਸਾਧੂਆਂ ਦੀ ਇੱਕ ਛਕਾਵਾ ਹੁੰਦਾ ਛਕਣ ਵਾਲਾ ਇੱਕ ਵਰਤਾਵਾ ਵਰਤਾਉਣ ਵਾਲਾ ਮਹਾਰਾਜ ਵਰਤਾਉਣ ਵਾਲੇ ਬਣੇ ਉਹ ਸੰਤ ਰੈਣ ਜੀ ਮੁਖੀ ਸਨ ਉਹਨਾਂ ਨੇ ਧਿਆਨ ਧਰਿਆ ਅੱਖਾਂ ਬੰਦ ਕਰਕੇ ਵੀ ਮਹਾਰਾਜ ਕੌਣ ਤੁਸੀਂ ਪ੍ਰਤੱਖ ਦਰਸ਼ਨ ਦਿਓ ਸਾਨੂੰ ਪਤਾ ਵੀ ਜੰਗਲ ਵਿੱਚ ਇੱਥੇ ਹਰ ਕੋਈ ਨਹੀਂ ਆਉਂਦਾ ਇਹ ਪਹਿਲਾਂ ਲੰਘ ਗਏ ਹੁਣ ਪ੍ਰਸ਼ਾਦਾ ਤਿਆਰ ਕਰਕੇ ਲੈ ਆਏ ਨੇ ਕੌਣ ਮਹਾਰਾਜ ਦਰਸ਼ਨ ਦੇ ਦਿਓ
संत रैण जी ने अखां बंद करके ध्यान धरिया प्रतख दर्शन हो गए आखो सतनाम। बई ये कोई आम नहीं, ये ते निरंकारी जोत। संत रैण जी ने अखां खोलियां, हाथ जोड़े, कहिंदे रख दो महाराज आप ही शकलांगे आप ही। इत्थे भी साडे लई ज्ञान आपां हुंदे आपां कहिंदे बाबा तैनू खवा रहे हां तू खा भी नहीं सकदा। आखो सतनाम। बई असी दानी बन के आया, असी सेवादार बन के आया, ते तो खा भी नहीं हुंदा, आपां ते अकड़ जांदे। धन गुरु नानक जी कहिंदे चल बालिया साधुआं दी मौज आ, जद छकणा हो छक लैणगे। प्रशादे भी रखे, दाला भी रखिया, चाला पा दिता। संत रैण दे चेले कहिंदे बाबा जी क्यों हटाया, ये तो इन्ने प्रेम नाल शिकार रहे सी। संत रैण जी कहिंदे कोई आम नहीं है, ये निरंकार दी जोत सी। ओए रब दे दर्शन करन लई तुरे होए आ, आ दुनिया दे लोकी सेवा कर लैण गल बणदी आ। कहिंदे साधु होके रब सेवा करे अपनी भाई। कहिंदा मैनू लज्जिया आई, संत रैण कहिंदा मैं तां रोकिया महाराज आप ही शकलांगे। आखो सतनाम। धन गुरु नानक जी फिर पिंड पहुंच गए, घर नहीं सी गए अपने। भाई बाले नूं कह दिता तू अपने घर परिवार विच जा, बच्चियां कोल जा। महाराज आप घर नहीं गए, एक रुख दे हेठां चौंकड़ा मार के बह गए। रात लंघ गई, सिखर दुपहरा हो गया दूजे दिन दा। कहिंदे कल्याण दास मेहता जी ने, पिता जी ने वेख लिया भी बाला ते नाल घल्लिया सी गुरु नानक दे, ये पिंड विच फिरदा। ओए बालिया गुरु नानक कित्थे आ, 20 रुपइयां दा की कीता ई। कहिंदे जी भुखे साधुआं नूं प्रशादा छकाया ऐ, ओ पिंडों बाहर रुख दे हेठां चौंकड़ा मार के बैठे ने, चल दस कित्थे ने। कल्याण दास मेहता जी तुरे, भाई बाले नूं नाल लिया। इतिहास कहिंदा भैण नानकी नूं पता लग गया सी भी पिता जी क्रोध विच ने मारनगे। भैण ते भरा दा जे प्रेम वेखणा आ साखी नोट करियो इतिहास दी। इत्थे भैणा माण करके कहिंदियां मेरा भरा थानेदार वर्गा, मेरा भरा डीसी जिन्ना रोब रखदा, कहिंदियां ने भैणा नूं। पर भैण नानकी दी भावना कहिंदी मेरा वीर ते रब वर्गा। आखो सतनाम। एडी वड्डी भावना, मेरा वीर ते रब दा रूप। जदों कल्याण दास मेहता जी पहुंचे, आवाज मारी नानका, महाराज दे कन्नां विच बोल पै गए भी पिता दी आवाज आ। अदब कीता, उठ के खड़े हो गए भी पिता जी आए ने। कहिंदे 20 रुपइयां दा की कीता, प्रशादा छका की आ गए भुखे साधुआं। इन्ना जदों बचन किया भी भुखे साधुआं दी सेवा विच लाया, इतिहास कहिंदा चपेड़ा मारियां। आखो सतनाम। श्री वाह। धन गुरु नानक जी दे मुख ते पिता ने चपेड़ा मारियां, भैण नानकी ने रोकिया बाबला चपेड़ा ना मार कोई आम नहीं। तैनू बाबला परख ना आवे, तैनू बाबला परख ना आवे। वीर मेरा रूप रब ना, तैनू बाबला परख ना आवे। वीर मेरा रूप रब ना, तेनू बाबला परख ना आवे। वीर मेरा रूप रब दा, बाबला परख ना आवे।
ਕਹਿੰਦੀ ਬਾਬਲਾ ਇਹ ਕੋਈ ਆਮ ਨਹੀਂ ਹੈ ਤੇ ਤਾਰਨਾ ਇਹਨੇ ਆਖੋ ਸਤਨਾਮ ਚਪੇੜਾ ਨਾ ਮਾਰ ਬਾਬਲਾ ਤੈਨੂੰ ਪਰਖੇ ਨਹੀਂ ਇਹ ਸ਼ਰਧਾ ਦੀ ਅੱਖ ਭੈਣ ਨਾਨਕੀ ਕੋਲ ਸੀ ਰਾਏ ਬਲਾਰ ਜੀ ਵੀ ਆ ਗਏ ਕਹਿੰਦੇ ਪਟਵਾਰੀ ਜੀ ਅੱਜ ਤੋਂ ਬਾਅਦ ਮਾਰਿਓ ਨਾ ਕਹਿੰਦੇ 20 ਰੁਪਈਏ ਉਜਾੜ ਕੇ ਆ ਗਿਆ ਇਹਦਾ ਘਰ ਕਿਵੇਂ ਬਣੇਗਾ ਇਹਦਾ ਗੁਜ਼ਾਰਾ ਕਿਵੇਂ ਚੱਲੇਗਾ ਰਾਏ ਬਲਾਰ ਜੀ ਕਹਿੰਦੇ ਪਟਵਾਰੀ ਜੀ 20 ਰੁਪਈਆਂ ਦੀ ਕੀ ਗੱਲ ਆ ਆਹ ਵੱਡੀ ਗੱਲ ਕਹੀ ਰਾਏ ਬਲਾਰ ਜੀ ਨੇ ਜਿਵੇਂ ਆਪਾਂ ਕਹੀਏ 50,000 ਦੀ ਕੀ ਗੱਲ ਭਾਵੇਂ ਮੁੰਡਾ 5 ਲੱਖ ਖਰਚ ਲਵੇ ਐਡੀ ਬਾਤ ਆਏ 50,000 ਦੀ ਕੀ ਗੱਲ ਭਾਵੇਂ 5 ਲੱਖ ਖਰਚ ਲਵੇ ਬਈ ਇਹਦਾ ਸਾਰਾ ਖਰਚਾ ਅਸੀਂ ਕਰਾਂਗੇ ਕਹਿੰਦਾ ਕੋਈ ਨਹੀਂ ਰਾਏ ਬਲਾਰ ਜੀ ਨੇ ਕਿਹਾ ਸੀ ਪਟਵਾਰੀ ਜੀ 20 ਰੁਪਈਆਂ ਦੀ ਕੀ ਗੱਲ ਆ ਭਾਵੇਂ 500 ਖਰਚ ਲੈਣ ਇਹਨਾਂ ਦਾ ਸਾਰਾ ਖਰਚਾ ਮਹੀਨੇ ਬਾਅਦ ਅਸੀਂ ਦੇ ਦਿਆ ਕਰਾਂਗੇ ਆਖੋ ਸਤਨਾਮ ਹੈ ਏਡੀ ਵੱਡੀ ਭਾਵਨਾ ਰਾਏ ਬਲਾਰ ਜੀ ਨੂੰ ਪਤਾ ਸੀ ਮੇਰੇ ਗੁਰੂ ਨਾਨਕ ਵਰਗਾ ਆ ਦੁਨੀਆਂ ਵਿੱਚ ਦੂਜਾ ਹੈ ਹੀ ਕੋਈ ਨਹੀਂ ਆਖੋ ਸਤਨਾਮ ਇਸੇ ਕਰਕੇ ਪ੍ਰੇਮ ਵਾਲੇ ਪੜ੍ਹਦੇ ਨੇ ਉੱਚਾ ਦਰ ਬਾਬੇ ਨਾਨਕ ਦਾ ਇਹ ਦਰ ਕੁੱਲ ਦੁਨੀਆਂ ਦਾ ਸਾਂਝਾ ਦਰ ਆ ਆਹ ਗੁਰੂ ਨਾਨਕ ਦਾ ਘਰ ਭਾਗਾਂ ਵਾਲੇ ਦੂਰੋਂ ਚੱਲ ਕੇ ਆ ਜਾਂਦੇ ਨੇ ਭਾਗਾਂ ਵਾਲਾ ਦੂਰੋਂ ਚੱਲ ਕੇ ਵੀ ਆ ਜਾਂਦਾ ਮਾੜੇ ਕਰਮਾਂ ਵਾਲਾ ਸਮੁੰਦਰ ਦੇ ਕੰਢੇ ਬਹਿ ਕੇ ਪਿਆਸਾ ਮਰਦਾ ਇਹ ਕਰਮਾਂ ਦੀ ਮਾਰ ਕਰਮਾਂ ਦੀ ਮਾਰ ਮੈਂ ਪਰਸੋਂ ਹਾਜ਼ਰੀ ਭਰ ਕੇ ਆਇਆ ਮੈਨੂੰ ਪ੍ਰੇਮ ਵਾਲਾ ਕਹਿੰਦਾ ਬਾਬਾ ਜੀ ਮੇਰੀ ਘਰ ਵਾਲੀ ਬੈਠੀ ਆ ਕਮਰੇ ਵਿੱਚ ਸਮਾਗਮ ਹੁੰਦਾ ਪਿਆ ਕਹਿੰਦਾ ਬਾਬਾ ਜੀ ਮੇਰੀ ਘਰ ਵਾਲੀ ਮੱਥਾ ਟੇਕਣ ਬਣੀ ਆਈ ਮੱਥਾ ਟੇਕਣ ਕਹਿੰਦਾ ਬਾਬਾ ਜੀ ਮੈਂ ਗੁਰੂ ਘਰ ਦਾ ਗ੍ਰੰਥੀ ਹਾਂ ਮੈਂ ਵਜ਼ੀਰ ਹਾਂ ਗੁਰੂ ਘਰ ਵਿੱਚ ਸਮਾਗਮ ਆ ਘਰ ਵਾਲੀ ਕਹਿੰਦਾ ਕਮਰੇ ਵਿੱਚੋਂ ਬਾਹਰ ਨਹੀਂ ਆਉਂਦੀ ਇੱਥੇ ਮੱਥਾ ਟੇਕਣ ਬਣੀ ਆਈ ਪੰਡਾਲ ਵਿੱਚ ਨਾ ਕਹਿੰਦਾ ਕਦੇ ਦਰਬਾਰ ਵੇ ਜਾਂਦੀ ਹੈ ਇਹਨੂੰ ਕਹਿੰਦੇ ਨੇ ਸਮੁੰਦਰ ਦੇ ਕੰਢੇ ਬਹਿ ਕੇ ਪਿਆਸਾ ਮਰਦਾ ਬੰਦਾ ਇਹ ਕਰਮਾਂ ਦੀ ਮਾਰ ਭਾਗਾਂ ਵਾਲਾ ਉਹ ਪਿੰਡ ਦੇ ਦੂਜੇ ਪਾਸਿਓਂ ਆ ਜਾਂਦਾ ਪਰ ਖਿਮਾ ਕਰਿਓ ਕਈ ਬੰਦੇ ਇਦਾਂ ਦੇ ਵੇਖੇ ਗੁਰੂ ਘਰ ਚਾਰ ਕਦਮਾਂ ਤੇ ਚਾਰ ਕਰਮਾਂ ਤੇ ਹੁੰਦਾ ਮੱਥਾ ਟੇਕਣ ਨਹੀਂ ਆਉਂਦੇ ਤੇ ਠੇਕਾ ਭਾਵੇਂ 2.5 ਮੀਲ ਹੋਵੇ ਉੱਥੇ ਭੱਜ ਕੇ ਜਾਂਦੇ ਨੇ ਆਖੋ ਸਤਨਾਮ ਇਹ ਮੈਂ ਨਹੀਂ ਕਹਿੰਦਾ ਮਹਾਰਾਜ ਕਹਿੰਦੇ ਨੇ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਵੇਲਾ ਕਰਮਾਂ ਦੀ ਮਾਰ ਪੈਂਦੀ ਆ ਮਾੜੇ ਕੰਮਾਂ ਨੂੰ ਭੱਜ ਕੇ ਹੀ ਸ਼ੇਰ ਹੁੰਦਾ ਇੱਥੇ ਆ ਸਮਾਗਮ ਹੁੰਦਾ ਪ੍ਰਬੰਧਕਾਂ ਨੇ ਘਰ ਘਰ ਜਾ ਕੇ ਕਿਹਾ ਹੋਣਾ ਭਾਈ ਸੇਵਾਦਾਰੋ ਤਕੜੇ ਹੋ ਕੇ ਸੇਵਾ ਕਰਿਓ ਕਿਹਾ ਹੋਣਾ ਤਾਂ ਵੀ ਬਿਰਲਿਆਂ ਨੇ ਕਿਹਾ ਹੋਣਾ ਵੀ ਸਾਡਾ ਨਾਂ ਲਿਖ ਲਓ ਜੀ ਮੈਂ ਹਾਜ਼ਰ ਹਾਂ ਨਹੀਂ ਤੇ ਆਥਣੇ ਹਾਮੀ ਭਰਦੀ ਭਰੀ ਹੋਣੀਆਂ ਸਵੇਰੇ ਨਹੀਂ ਜੀ ਸਾਨੂੰ ਤੇ ਵਿਆਹ ਆ ਗਿਆ ਮੈਂ ਵੇਖਿਆ ਕਹਿੰਦੇ ਨਗਰ ਕੀਰਤਨ ਕਰਨਾ 5 ਪਿਆਰੇ ਤਿਆਰ ਮਹੀਨੇ ਵਿੱਚ ਹੁੰਦੇ ਨੇ 5 ਪਿਆਰੇ ਸ਼ਾਮ ਨੂੰ ਨਾਂ ਲਿਖਾਇਆ ਸਵੇਰ ਨੂੰ ਮੁੱਕਰ ਜਾਂਦੇ ਨੇ ਇਹ ਹੁੰਦਾ ਇਦਾਂ ਦਾ ਹਾਲ ਭਾਈ ਅੱਛਾ ਪਿੰਡ ਵਿੱਚ ਖੇਡਾਂ ਹੋਣੀਆਂ ਹੋਣ ਕਿਸੇ ਕਲਾਕਾਰ ਦਾ ਖਾੜਾ ਲੱਗਣਾ ਹੋਵੇ ਫਿਰ ਕਹਿਣਗੇ ਮੇਰਾ ਬਿੱਲਾ ਰੱਖ ਲਿਓ ਜੇ ਉਹਤੇ ਲਾਉਣ ਨੂੰ ਵੀ ਸੇਵਾਦਾਰੀ ਦਾ ਪਤਾ ਲੱਗ ਜੇ ਵੀ ਮੈਂ ਸਟੇਜ ਉੱਪਰ ਜਦੋਂ ਮਰਜ਼ੀ ਜਾਵਾਂ ਜਦੋਂ ਮਰਜ਼ੀ ਉਤਰਾਂ ਮੈਨੂੰ ਕੋਈ ਰੋਕੇ ਨਾ ਆਖੋ ਸਤਨਾਮ ਕੀ ਇੱਥੇ ਵੀ ਲੰਗਰ ਵਾਸਤੇ ਕਹਿੰਦੇ ਵੀ ਮੇਰੀ ਜੇਬ ਤੇ ਬਿੱਲਾ ਲਾ ਦਿਓ ਪਤਾ ਲੱਗੇ ਵੀ ਇਹ ਸੇਵਾਦਾਰ ਆ ਓਹੋ ਇਹ ਸਭ ਚਾਹ ਹੋਵੇ ਸੇਵਾ ਦਾ ਇਹ ਤਾਂ ਹੁੰਦਾ ਇਹ ਭਾਗ ਜਾਗੇ ਦੀ ਗੱਲ ਆ ਕਰਮ ਜਾਗੇ ਮਹਾਰਾਜ ਕਹਿੰਦੇ ਚੰਗਿਆਈ ਆਲਕ ਕਰੇ ਬਰਿਆਈ ਹੋਏ ਸ਼ੇਰ ਚੰਗਿਆਂ ਤੋਂ ਚੰਗੇ ਕੰਮਾਂ ਤੋਂ ਆਲਸਾਂ ਮਾੜੇ ਕੰਮਾਂ ਨੂੰ ਸ਼ੇਰ ਬਣਦੇ ਆ ਭਾਈ ਕਰਮ ਜਾਗੇ ਭਾਗਾਂ ਵਾਲੇ ਬਣਿਆ ਕਰੋ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਿਆ ਕਰੋ ਆ ਮਨੁੱਖਾ ਜਨਮ ਮਿਲਿਆ ਭਈ ਪ੍ਰਾਪਤ ਮਾਨੁੱਖ ਦਿਓ ਹਰੀਆ ਗੋਬਿੰਦ ਮਿਲਣ ਕੀ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਆਖਰੀ ਧਾਰਨਾ ਗੱਜ ਕੇ ਪੜਿਓ ਫਿਰ ਨਾਲ ਦੀ ਨਾਲ ਫਤਿਹ ਬੁਲਾ ਦਿਆਂਗੇ ਸੁੱਖ ਕਿਤੇ ਨਾ ਮਿਲਦਾ ਜੀ ਆ ਮਨ ਦਾ ਆਨੰਦ
ਜਿਹੜਾ ਇੱਥੇ ਆ ਕੇ ਮਿਲਣਾ ਆ ਜਿਹੜਾ ਆਨੰਦ ਆ ਇਹ ਬਾਜ਼ਾਰਾਂ ਵਿੱਚ ਜਾ ਕੇ ਮਿਲੇਗਾ ਕੱਲ ਨੂੰ ਜਾ ਕੇ ਵੇਖ ਲਿਓ ਬਈ ਆਹ ਕਿਰਪਾ ਬਾਜ਼ਾਰਾਂ ਵਿੱਚ ਜਾ ਕੇ ਮਿਲੇਗੀ ਠੀਕ ਆ ਰੌਲਾ ਬੜਾ ਹੁੰਦਾ ਲੋਕੀ ਘਾਟੇ ਵਾਧੇ ਕਰਨੇ ਸਿੱਖ ਲੈਂਦੇ ਨੇ ਸੌਦੇਬਾਜ਼ੀਆਂ ਕਰਨੀਆਂ ਲੋਕੀ ਬਾਜ਼ਾਰਾਂ ਵਿੱਚ ਸਿੱਖਦੇ ਨੇ ਆ ਇੰਨੇ ਦਾ ਨਹੀਂ ਇੰਨੇ ਦਾ ਲਾ ਆਹ 5000 ਦਾ ਨਹੀਂ 2500 ਦਾ ਲਾ ਲੋਕੀ ਸੌਦੇਬਾਜ਼ੀਆਂ ਕਰਨੀਆਂ ਸਿੱਖਦੇ ਨੇ ਬਾਜ਼ਾਰਾਂ ਵਿੱਚ ਪਰ ਜੇ ਕਹੀਏ ਵੀ ਆਹ ਆਨੰਦ ਮਿਲੇ ਆਹ ਕਿਰਪਾ ਮਿਲੇ ਇਹ ਬਾਜ਼ਾਰਾਂ ਵਿੱਚ ਨਹੀਂ ਮਿਲਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮੈਂ ਨਹੀਂ ਕਹਿੰਦਾ ਮਹਾਰਾਜ ਕਹਿੰਦੇ ਨੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾਂ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾਂ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ ਕਿਤੇ ਨਾ ਟਿਕਦਾ ਜੀ ਮਨ ਕਿਤੇ ਨਾ ਟਿਕਦਾ ਜੀ ਟਿਕਦਾ ਗੁਰ ਚਰਨਾਂ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ ਟਿਕਦਾ ਗੁਰ ਚਰਨਾਂ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ ਟਿਕਦਾ ਗੁਰ ਚਰਨਾਂ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ ਟਿਕਦਾ ਗੁਰ ਚਰਨਾਂ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਸੁਖ ਕਿਤੇ ਨਾ ਮਿਲਦਾ ਜੀ 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 ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾਂ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾਂ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾਂ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾਂ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਸੁਖ ਕੋ ਚਾਹੇ ਸਦਾ ਚਰਨ ਨਾਮ ਕੀ ਰੇ ਉਹ ਨਾਨਕ ਸੁਣ ਰੇ ਮਨਾ ਮਾਨਵ ਦੇ ਆਓ ਜੀ ਆਈ ਸੰਗਤ ਦਾ ਧੰਨਵਾਦ ਕਰਾਂ ਸਾਰੇ ਪ੍ਰਬੰਧਕ ਜਨਾਂ ਦਾ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਾਂ ਸਾਡੇ ਪਿਆਰ ਵਾਲੇ ਡਾਕਟਰ ਬੀਰ ਜੀ ਭੁਪਿੰਦਰ ਸਿੰਘ ਜੀ ਉੱਥੇ ਹਾਜ਼ਰੀ ਭਰੀ ਸੀ ਉਹਨਾਂ ਦੀ ਯਾਦ ਵਿੱਚ ਇਹ ਮੈਨੂੰ ਪਿਆਰ ਵਾਲੇ ਉੱਥੇ ਮਿਲੇ ਸੀ ਸਰਦਾਰ ਸਾਡੇ ਵੀਰ ਗੁਰਮੁਖ ਸਿੰਘ ਜੀ ਬੜਾ ਪਿਆਰ ਦਿੰਦੇ ਨੇ ਉਹਨਾਂ ਦੇ ਡਾਕਟਰ ਸਾਹਿਬ ਦੇ ਬੇਟੇ ਨੇ ਬੜਾ ਪਿਆਰ ਦਿੰਦੇ ਨੇ ਮੈਂ ਧੰਨਵਾਦ ਕਰਾਂ ਸਾਰੀ ਸੰਗਤ ਦਾ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਾਂ ਵੀਡੀਓ ਵਾਲੇ ਵੀਰਾਂ ਦਾ ਸ਼ੇਰੇ ਪੰਜਾਬ ਟੀਵੀ ਲਾਈਵ ਟੈਲੀਕਾਸਟ ਹੁੰਦਾ ਪਿਆ ਮੈਂ ਧੰਨਵਾਦ ਕਰਾਂ ਵੀਡੀਓ ਵਾਲੇ ਵੀਰਾਂ ਦਾ ਸਾਊਂਡ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਾਂ ਸਾਰੇ ਸੇਵਾਦਾਰਾਂ ਦਾ ਜਿੱਥੇ ਧੰਨਵਾਦ ਕਰਾਂ ਸਾਰੀ ਸੰਗਤ ਦਾ ਧੰਨਵਾਦ ਕਰਾਂ ਕੋਟਾਨ ਕੋਟਾਨ ਸ਼ੁਕਰਾਨਾ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ
ਅੱਗੇ ਤੋਂ ਵੀ ਮਹਾਰਾਜ ਵੱਧ ਕੇ ਸੇਵਾ ਝੋਲੀ ਵਿੱਚ ਪਾਉਣ ਤੁਹਾਡੇ ਪ੍ਰਬੰਧਕਾਂ ਦੀ ਜੈ ਜੈਕਾਰ ਹੋਵੇ। ਆਓ ਬੜੇ ਪਿਆਰ ਨਾਲ ਮੈਂ ਫਤਿਹ ਬੁਲਾਉਂਦਾ, ਹੋਈਆਂ ਤਮਾਮ ਭੁੱਲਾਂ ਦੀ ਖਿਮਾ, ਫਿਰ ਕਿਤੇ ਸਮਾਂ ਬਣਿਆ ਫਿਰ ਆਪਾਂ ਰਲ ਕੇ ਹਾਜ਼ਰੀਆਂ ਭਰਾਂਗੇ, ਵਿਚਾਰਾਂ ਕਰਾਂਗੇ, ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਸਾਰੇ ਆਖੋ ਜੀ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੂਰਖ ਕੀ ਕੇਤਕ ਵਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗੁਰਵਾਸ ਨਾ ਭਰਿਓ ਰੇ। ਗੁਰੂ ਨਾਨਕ ਨੂੰ ਅੱਜ ਆਪਾਂ ਦੇਖਿਆ ਵੀ ਹੈ ਤੇ ਸੁਣਿਆ ਵੀ ਹੈ, ਕਿਉਂਕਿ ਅੱਜ ਗੁਰੂ ਨਾਨਕ ਦਾ ਪਰਿਵਾਰ ਬੈਠਾ ਹੈ ਸਾਧ ਸੰਗਤ ਦੇ ਰੂਪ ਦੇ ਵਿੱਚ। ਸਾਰੇ ਇੱਕ ਦੂਜੇ ਨੂੰ ਪਰਿਵਾਰ ਦੇ ਵਿੱਚ ਗੁਰੂ ਨਾਨਕ ਨੂੰ ਦੇਖ ਰਹੇ ਆ, ਤੇ ਰਾਗੀ ਸਿੰਘਾਂ ਕੋਲੋਂ ਕੀਰਤਨੀਆਂ ਕੋਲੋਂ ਆਪਾਂ ਸੁਣਿਆ ਹੈ। ਧੰਨਵਾਦ ਹੈ ਪਿਆਰਾ ਸਿੰਘ ਜਥੇ ਦਾ, ਜਿਨ੍ਹਾਂ ਨੇ ਬਹੁਤ ਹੀ ਆਪਣੇ ਕੀਮਤੀ ਸ਼ਬਦਾਂ ਦੇ ਨਾਲ ਸਾਨੂੰ ਸਰਵਣ ਕੀਤਾ ਹੈ। ਧੰਨਵਾਦ ਹੈ ਗੁਰੂ ਪਿਆਰੀਆਂ ਸੰਗਤਾਂ ਦਾ, ਦੂਰੋਂ ਦੁਰਾਡੇ ਚੱਲ ਕੇ ਆਈਆਂ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਹੈ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਕ ਨਿਮਾਣੇ ਜਿਹੇ ਉਪਰਾਲੇ ਨੂੰ ਬਹੁਤ ਹੀ ਵੱਡਾ ਉਤਸ਼ਾਹ ਦਿੱਤਾ ਹੈ। ਸਾਰੀਆਂ ਸੰਗਤਾਂ ਦਾ ਕੋਟਨ ਕੋਟਨ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਕਿਉਂਕਿ ਪਹਿਲਾ ਪ੍ਰੋਗਰਾਮ ਸੀਗਾ, ਕਿਤੇ ਨਾ ਕਿਤੇ ਭੁੱਲਾਂ ਹੋਈਆਂ ਹੁੰਦੀਆਂ ਹਨ, ਭੁੱਲ ਕਰਨੀ ਔਰ ਭੁੱਲ ਬਖਸ਼ਾਉਣੀ ਬਹੁਤ ਵੱਡੀ ਗੱਲ ਹੈ। ਸਭ ਕੋ ਭੁੱਲਣ ਹਾਰ ਹੈ ਆ ਭੁੱਲ ਗੁਰੂ ਕਰਤਾਰ। ਅਸੀਂ ਗੁਰੂ ਦੇ ਅੱਗੇ ਭੁੱਲਾਂ ਦੀ ਮਾਫ਼ੀ ਮੰਗਣੀ ਹੈ ਅਤੇ ਸੰਗਤ ਕੋਲੋਂ ਵੀ ਮਾਫ਼ੀ ਮੰਗਣੀ ਹੈ। ਕਿਤੇ ਵੀ ਕੋਈ ਕੁਰੀਤੀ ਰਹਿ ਗਈ ਹੋਵੇ, ਸੰਗਤਾਂ ਮਾਫ਼ਨ ਯੋਗ ਹਨ। ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਨਾਂ ਦੀ ਛਤਰ ਛਾਇਆ ਹੇਠ ਆਪਾਂ ਸਾਰਾ ਪ੍ਰੋਗਰਾਮ ਲਿਖਿਆ ਹੈ। ਧੰਨਵਾਦ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਜਿਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਰਦਾਸ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਅਰਦਾਸ ਕੜਾਹ ਪ੍ਰਸ਼ਾਦ ਦੀਆਂ ਦੀਗਾਂ ਲੈ ਕੇ ਲੰਗਰ ਛਕ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਤ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਬਧੀਆਂ ਵਧਾਈਆਂ, ਰਾਗਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣੇ ਆਈਆਂ, ਸ਼ਬਦ ਤਾਂ ਗਾ ਬੁਰੀ ਘੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ, ਅਰਨਾਲੇ ਅਰਨਾਲ ਰੋ ਤੂੰ, ਮਨ ਮੇਰੇ ਦੁੱਖ ਸਾਂਭੀ ਸਾਰਣਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕੋ ਨੂੰ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੈ, ਘਰ ਤਾਂ ਤੇਰੈ, ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਖਨੇਰੇ, ਕਹੇ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨੀਚਾ ਸਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਹਰ ਕਰਮ ਪਾਇਆ ਤੁਧ ਜਿਨੀ ਕੋ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਣਦ ਸੁਣੋ ਬਡ ਪਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ
आपे उतरे सुनी सची बाणी संत साजन पे सर से पूरे गुर ते जानी सुनते पनीत कहते पवित सतगुर रहा पर पूरे बिनवंत नानक गुर चरण लागे वाजे अनहद तूरे सुनते पनीत कहते पवित सतगुर रहा पर पूरे बिनवंत नानक गुर चरण लागे वाजे अनहद तूरे श्लोक पवन गुरु पाणी पिता माता तरत महत दिवस रात दुए दाई दाया खिल सगल जगत चंगे आईया बुरे आईया वच धर्म दूर करमी आपो आपणी के नेड़े के दूर जिनी नाम ते आया गए मशक्कत काल नानक ते मुख उजले केती छुट्टी नाल जिनी नाम ते आया गए मशक्कत काल नानक ते मुख उजले केती छुट्टी नाल वाहिगुरु जी का खालसा वाहिगुरु जी की फतेह।